ਡਾਰ ਮਿਰਗਾਂ ਦੀ ਵੇਖ ਜੋ ਭੱਜ ਜਾਵਣ ਪੁੱਤਰ ਹੁੰਦੇ ਉਹ ਛੀਣੀਆਂ ਮਾਵਾਂ ਦੇ ਨਹੀਂ ਐਵੇਂ ਢੂੰਡਦਾ ਜੱਗ ਨਹੀਂ ਪੱਕਿਆਂ ਨੂੰ ਕੱਚੇ ਪਹੁੰਚ ਦੇ ਕੰਢੇ ਦਰਿਆਵਾਂ ਦੇ ਨਹੀਂ ਜਿਹੜੇ ਕਿਸੇ ਅੱਗੇ ਟੋਇਆ ਪੁੱਟਦੇ ਨੇ ਸੁੱਖ ਮਾਣਦੇ ਠੰਡੀਆਂ ਛਾਵਾਂ ਦਾ ਨਹੀਂ ਸੱਜਣ ਮਿੱਤਰਾਂ ਦੀ ਕਰਨੀ ਗੱਲ ਕੀ ਏ ਬੰਦੇ ਲਾਲਚੀ ਬਣਦੇ ਭਰਾਵਾਂ ਦੇ ਨਹੀਂ ਕਲਗੀ ਵਾਲੇ ਦੀ ਜੀਵ ਨਾਲ ਸਿਫਤ ਕਰਨੀ ਹੈ ਅੰਬਰੋਂ ਤੋੜਨਾ ਤਾਰਿਆਂ ਨੂੰ ਜਿੰਨੇ ਚੁੱਕ ਕੇ ਛਾਤੀ ਦੇ ਨਾਲ ਲਾਇਆ ਲੋਕਾਂ ਪੈਰਾਂ ਦੇ ਹੇਠ ਲਤਾੜਿਆਂ ਨੂੰ ਹੋਨੇ ਬਾਦਸ਼ਾਹ ਦੇ ਛਾਵੇਂ ਕਰ ਦਿੱਤਾ ਚੂਰਾ ਨਾਈਆਂ ਤੇ ਛਿੰਬਿਆਂ ਸਾਰਿਆਂ ਨੂੰ ਲੋਕ ਰਾਜ ਦੀ ਉਸ ਬੁਨਿਆਦ ਰੱਖੀ ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ ਪੰਥ ਖਾਲਸੇ ਦੀ ਹੋਵੇ ਚੜ੍ਹਦੀ ਕਲਾ ਪੰਥ ਖਾਲਸੇ ਦੀ ਹੋਵੇ ਚੜ੍ਹਦੀ ਕਲਾ ਤੇਰੇ ਭਾਣੇ ਹੋਵੇ ਸਰਬੱਤ ਦਾ ਭਲਾ ਤੇਰੇ ਭਾਣੇ ਹੋਵੇ ਸਰਬੱਤ ਦਾ ਭਲਾ ਖੁਸ਼ੀ ਨਾਲ ਲੋਕ ਵਸਣ ਜਮਾਨੇ ਦੇ ਹੋਈਏ ਨਾ ਗੁਲਾਮ ਮੁਲਕ ਬੇਗਾਨੇ ਦੇ ਖੁਸ਼ੀ ਨਾਲ ਲੋਕ ਵਸਣ ਜਮਾਨੇ ਦੇ ਹੋਈਏ ਨਾ ਗੁਲਾਮ ਮੁਲਕ ਬੇਗਾਨੇ ਦੇ ਖੁਸ਼ੀ ਨਾਲ ਲੋਕ ਵਸਣ ਜਮਾਨੇ ਦੇ ਹੋਈਏ ਨਾ ਗੁਲਾਮ ਮੁਲਕ ਬੇਗਾਨੇ ਦੇ ਖੁਸ਼ੀ ਨਾਲ ਲੋਕ ਵਸਣ ਜਮਾਨੇ ਦੇ ਹੋਈਏ ਨਾ ਗੁਲਾਮ ਮੁਲਕ ਬੇਗਾਨੇ ਦੇ ਮੇਰ ਕਰੋ ਦਾਸਾਂ ਸਿਰੋਂ ਕੱਟ ਦੇ ਬਲਾ ਤੇਰੇ ਭਾਣੇ ਹੋਵੇ ਸਰਬੱਤ ਦਾ ਭਲਾ ਪੰਥ ਖਾਲਸੇ ਦੀ ਹੋਵੇ ਚੜ੍ਹਦੀ ਕਲਾ ਤੇਰੇ ਭਾਣੇ ਹੋਵੇ ਸਰਬੱਤ ਦਾ ਭਲਾ ਤੇਰੇ ਭਾਣੇ ਹੋਵੇ ਸਰਬੱਤ ਦਾ ਭਲਾ ਕੋਈ ਜੁਰਮਾਨਾ ਦੁਖੀ ਨੂੰ ਦਿਖਾਵੇ ਨਾ ਕੋਈ ਹੱਕ ਕਿਸੇ ਦਾ ਨਜਾਇਜ਼ ਖਾਵੇ ਨਾ ਕੋਈ ਜੁਰਮਾਨਾ ਦੁਖੀ ਨੂੰ ਦਿਖਾਵੇ ਨਾ ਕੋਈ ਹੱਕ ਕਿਸੇ ਦਾ ਨਜਾਇਜ਼ ਖਾਵੇ ਨਾ ਕੋਈ ਜੁਰਮਾਨਾ ਦੁਖੀ ਨੂੰ ਦਿਖਾਵੇ ਨਾ ਕੋਈ ਹੱਕ ਕਿਸੇ ਦਾ ਨਜਾਇਜ਼ ਖਾਵੇ ਨਾ ਕੋਈ ਜੁਰਮਾਨਾ ਦੁਖੀ ਨੂੰ ਦਿਖਾਵੇ ਨਾ ਕੋਈ ਹੱਕ ਕਿਸੇ ਦਾ ਨਜਾਇਜ਼ ਖਾਵੇ ਨਾ ਡਿੱਗੇ ਤਾਂ ਹੀ ਕੋਈ ਦਬਕਾਵੇ ਨਾ ਖਲਾ ਤੇਰੇ ਭਾਣੇ ਹੋਵੇ ਸਰਬੱਤ ਦਾ ਭਲਾ ਪੰਥ ਖਾਲਸੇ ਦੀ ਹੋਵੇ ਚੜ੍ਹਦੀ ਕਲਾ ਤੇਰੇ ਭਾਣੇ ਹੋਵੇ ਸਰਬੱਤ ਦਾ ਭਲਾ ਤੇਰੇ ਭਾਣੇ ਹੋਵੇ ਸਰਬੱਤ ਦਾ ਭਲਾ ਕਿਸੇ ਭੈਣ ਕੋਲ ਕੋਈ ਖੋਵੇ ਵੀਰ ਨਾ ਅੱਧੀ ਰਾਤੀ ਉੱਠ ਮਾਰ ਪਾਵੇ ਕੀਰਨਾ ਕਿਸੇ ਭੈਣ ਕੋਲ ਕੋਈ ਖੋਵੇ ਵੀਰ ਨਾ ਅੱਧੀ ਰਾਤੀ ਉੱਠ ਮਾਰ ਪਾਵੇ ਕੀਰਨਾ ਨੰਨੇ ਪੱਜਿਆਂ ਤੋਂ ਪਿਤਾ ਜਾਵੇ ਨਾ ਚਲਾ ਤੇਰੇ ਭਾਣੇ ਹੋਵੇ ਸਰਬੱਤ ਦਾ ਭਲਾ ਪੰਥ ਖਾਲਸੇ ਦੀ ਹੋਵੇ ਚੜ੍ਹਦੀ ਕਲਾ ਤੇਰੇ ਭਾਣੇ ਹੋਵੇ ਸਰਬੱਤ ਦਾ ਭਲਾ ਤੇਰੇ ਭਾਣੇ ਹੋਵੇ ਸਰਬੱਤ ਦਾ ਭਲਾ ਨਫ਼ਰਤ ਦਿਲਾਂ ਵਿੱਚੋਂ ਦੂਰ ਕਰ ਦੇ ਹਰ ਦਿਲ ਵਿੱਚ ਦਾ ਤਾਂ ਪਿਆਰ ਭਰ ਦੇ ਨਫ਼ਰਤ ਦਿਲਾਂ ਵਿੱਚੋਂ ਦੂਰ ਕਰ ਦੇ ਹਰ ਦਿਲ ਵਿੱਚ ਦਾ ਤਾਂ ਪਿਆਰ ਭਰ ਦੇ ਨਫ਼ਰਤ ਦਿਲਾਂ ਵਿੱਚੋਂ ਦੂਰ ਕਰ ਦੇ ਹਰ ਦਿਲ ਵਿੱਚ ਦਾ ਤਾਂ ਪਿਆਰ ਭਰ ਦੇ ਨਫ਼ਰਤ ਦਿਲਾਂ ਵਿੱਚੋਂ ਦੂਰ ਕਰ ਦੇ ਹਰ ਦਿਲ ਵਿੱਚ ਦਾ ਤਾਂ ਪਿਆਰ ਭਰ ਦੇ ਵਿਛੜੇ ਜੋ ਵੀਰ ਦੇਣੇ ਵੀਰਾਂ ਨੂੰ ਮਲਾ ਤੇਰੇ ਭਾਣੇ ਹੋਵੇ
ਸਰਬੱਤ ਦਾ ਭਲਾ। ਪੰਥ ਖਾਲਸੇ ਦੀ ਹੋਵੇ ਚੜ੍ਹਦੀ ਕਲਾ, ਤੇਰੇ ਪਾਣੇ ਹੋਵੇ ਸਰਬੱਤ ਦਾ ਭਲਾ, ਤੇਰੇ ਪਾਣੇ ਹੋਵੇ ਸਰਬੱਤ ਦਾ ਭਲਾ। ਕਦੇ ਗੜ ਗੱਜ ਦੀ ਕਰੀਜ ਤੋੜੀ ਨਾ, ਗਿੱਲਿਆਂ ਨਾ ਮੋਲ ਜਸ ਨੂੰ ਵਿਛੋੜੀ ਨਾ। ਕਦੇ ਗੜ ਗੱਜ ਦੀ ਕੋਈ ਰੀਜ ਤੋੜੀ ਨਾ, ਗਿੱਲਿਆਂ ਨਾ ਮੋਲ ਜਸ ਨੂੰ ਵਿਛੋੜੀ ਨਾ। ਕਦੇ ਗੜ ਗੱਜ ਦੀ ਕੋਈ ਰੀਜ ਤੋੜੀ ਨਾ, ਗਿੱਲਿਆਂ ਨਾ ਮੋਲ ਜਸ ਨੂੰ ਵਿਛੋੜੀ ਨਾ। ਕਦੇ ਗੜ ਗੱਜ ਦੀ ਕੋਈ ਰੀਜ ਤੋੜੀ ਨਾ, ਗਿੱਲਿਆਂ ਨਾ ਮੋਲ ਜਸ ਨੂੰ ਵਿਛੋੜੀ ਨਾ। ਕਰੋ ਮਨ ਜੂਰ ਬਲਬੀਰ ਦੀ ਸਲਾਹ, ਤੇਰੇ ਫਾਣੇ ਹੋਵੇ ਸਰਬੱਤ ਦਾ ਭਲਾ। ਪੰਥ ਖਾਲਸੇ ਦੀ ਹੋਵੇ ਚੜ੍ਹਦੀ ਕਲਾ, ਤੇਰੇ ਪਾਣੇ ਹੋਵੇ ਸਰਬੱਤ ਦਾ ਭਲਾ, ਤੇਰੇ ਪਾਣੇ ਹੋਵੇ ਸਰਬੱਤ ਦਾ ਭਲਾ, ਤੇਰੇ ਪਾਣੇ ਹੋਵੇ ਸਰਬੱਤ ਦਾ ਭਲਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਅੱਜ ਦਾ ਪ੍ਰੋਗਰਾਮ ਲੋਕ ਰੰਗ ਆਡੀਓ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਪੇਸ਼ ਕਰ ਰਹੇ ਨੇ ਕਵੀਸ਼ਰ ਜਥਾ ਬਲਵਿੰਦਰ ਕੌਰ ਖਾਲਸਾ ਵਿਛੋਏ ਵਾਲੇ, ਸਾਥ ਦੇ ਰਹੇ ਨੇ ਜਸਮੀਤ ਕੌਰ, ਅਨਮੋਲਪ੍ਰੀਤ ਕੌਰ ਜੀ। ਅੱਜ ਦੇ ਦੀਵਾਨ ਵਿੱਚ ਹੁਕਮ ਹੋਇਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚੋਂ ਕੁਝ ਨਗਮੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਸਤਿਗੁਰੂ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ, ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿੱਥੇ ਮੇਰੇ ਪਾਤਸ਼ਾਹ ਨੇ ਸਦਾ ਆਨੰਦਮਈ ਚੋਜ ਵਰਤਾਏ ਨੇ, ਉਹ ਆਨੰਦਾਂ ਦੀ ਪੁਰੀ ਜਿੱਥੇ ਕਦੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਹਿੰਦੂ ਪੰਡਤਾਂ ਦਾ ਟੋਲਾ ਫਰਿਆਦੀ ਹੋ ਕੇ ਆਇਆ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਇਹਨਾਂ ਨੇ ਰੋ ਕੇ ਕੁਰਲਾ ਕੇ ਆਪਣੀ ਵਿਥਿਆ ਦੱਸਣੀ ਚਾਹੀ ਹੈ। ਗੁਰੂ ਨਾਨਕ ਦੇ ਘਰ ਵਿੱਚ ਬਾਣੀ ਦਾ ਸੰਦੇਸ਼ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ। ਇਹ ਪੰਡਤਾਂ ਦਾ ਟੋਲਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਫਰਿਆਦੀ ਹੋਇਆ, ਮਹਾਰਾਜ ਸਾਡੇ ਧਰਮ ਉੱਤੇ ਧੱਕਾ ਹੋ ਰਿਹਾ ਹੈ, ਸਾਡੇ ਧਰਮ ਨੂੰ ਬਚਾਓ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਕੇਵਲ 9.25 ਸਾਲ ਦੀ ਉਮਰ ਹੈ ਜਦੋਂ ਆਪਣੇ ਪਿਤਾ ਨੂੰ ਦਿੱਲੀ ਸ਼ਹੀਦ ਹੋਣ ਵਾਸਤੇ ਤੋਰ ਦੇਣਾ। ਇਹ ਗੱਲ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਹਿੱਸੇ ਵਿੱਚ ਆਈ ਹੈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਉਹਨਾਂ ਕਸ਼ਮੀਰ ਦੇ ਪੰਡਤਾਂ ਦੇ ਕਹਿਣ ਉੱਤੇ ਆਪਣੇ ਸ਼ਹੀਦ ਦੀ ਕੁਰਬਾਨੀ ਦਿੱਲੀ ਚਾਂਦਨੀ ਚੌਂਕ ਵਿੱਚ ਦਿੱਤੀ ਹੈ। ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਅਨੇਨ ਸੇਵਕ ਭਾਈ ਜੈਤਾ ਜੀ, ਜਿਹੜੇ ਅੰਮ੍ਰਿਤ ਛਕਣ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਬਣੇ। ਬਾਬਾ ਜੀਵਨ ਸਿੰਘ ਜੀ ਦੀ ਡਿਊਟੀ ਲੱਗੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਲੈ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚੇ ਆ। ਮੇਰੇ ਪਾਤਸ਼ਾਹ ਨੇ ਭਾਈ ਜੈਤੇ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਆਖਿਆ, ਰੰਗਰੇਟਾ ਗੁਰ ਕਾ ਬੇਟਾ, ਤੂੰ ਤਨ ਮਨ ਕੀਤੀ ਏ ਸਿੱਖੀ ਦੀ ਭੇਟਾ। ਉਹਦੇ ਉੱਤੇ ਇੱਕ ਸਵਾਲ ਕੀਤਾ ਹੈ, ਕਹਿਣ ਲੱਗੇ ਭਾਈ ਜੈਤਾ ਜੀ, ਜਦੋਂ ਗੁਰੂ ਪਿਤਾ ਦੀ ਸ਼ਹਾਦਤ ਹੋਈ ਉੱਥੇ ਨਾਨਕ ਨਾਮ ਲੇਵਾ ਕਿੰਨੇ ਕੁ ਸਿੱਖ ਸਨ ਗਲ ਵਿੱਚ ਪਾ ਕੇ ਪੱਲਾ? ਬਾਬਾ ਜੀਵਨ ਸਿੰਘ ਜੀ, ਭਾਈ ਜੈਤੇ ਨੇ ਆਖਿਆ, ਕਹਿੰਦਾ ਮਹਾਰਾਜ ਸਿੱਖ ਤਾਂ ਬਹੁਤ ਸੀ ਪਰ ਕਿਸੇ ਦੀ ਪਹਿਚਾਣ ਨਹੀਂ ਸੀ ਆਉਂਦੀ, ਕਿਉਂਕਿ ਸਭ ਦੀਆਂ ਪੁਸ਼ਾਕਾਂ ਇੱਕੋ ਜਿਹੀਆਂ ਸਨ, ਕੋਈ ਪਤਾ ਨਹੀਂ ਸੀ ਲੱਗਦਾ ਕਿ ਕਿੰਨੇ ਕੁ ਸਿੱਖਾਂ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਭਾਈ ਜੈਤਾ ਜੀ, ਫਿਰ ਇੱਕ ਐਸਾ ਖਾਲਸਾ ਪੰਥ ਸਾਜ ਦਿਆਂਗੇ ਜਿਹੜਾ ਲੱਖਾਂ ਵਿੱਚ ਅਤੇ ਕੀ ਕਰੋੜਾਂ ਵਿੱਚ ਖਲੋਤਾ ਨਜ਼ਰ ਆਵੇਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੰਘ ਖਲੋਤਾ ਏ। ਪਰ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਹੈ, ਜੇ ਕਿਤੇ ਸਿੱਖਾਂ ਦਾ ਮੁੰਡਾ ਇਕੱਲਾ ਖਲੋਤਾ ਹੋਵੇ ਉਹਦੀ ਪਹਿਚਾਣ ਨਹੀਂ ਆਉਂਦੀ, ਕਿਉਂਕਿ ਅੱਜ ਨੌਜਵਾਨ ਸਿੱਖ ਵੀਰ ਦੇ ਮੂੰਹ 'ਤੇ ਦਾੜਾ ਨਹੀਂ, ਸਿਰ ਉੱਤੇ ਕੇਸ ਨਹੀਂ, ਅੱਜ ਸਿੱਖ ਦੀ ਪਛਾਣ ਕਰਨੀ ਮੁਸ਼ਕਲ ਹੋ ਗਈ ਏ। ਪਰ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਆਪਣੇ ਸਿੱਖ ਨੂੰ ਉਹਦਾ ਰੂਪ, ਉਹਦਾ ਰੰਗ, ਉਹਦੀ ਨੁਹਾਰ, ਇੱਕ ਪੂਰ ਮਨੁੱਖ ਦੀ ਸਿਰਜਣਾ ਕਰਨ ਵਾਸਤੇ ਭਾਈ ਜੈਤੇ ਨਾਲ ਵਿਚਾਰ ਜਿਵੇਂ ਕਰਦੇ ਆ, ਉਸ ਲਈ ਦੇ ਸੀ ਨੂੰ ਪੇਸ਼ ਇਉਂ ਕੀਤਾ ਜਾ ਰਿਹਾ ਜੀ। ਕਹਿੰਦੇ ਪਾਤਸ਼ਾਹ ਜੈਤਿਆ ਦੱਸ ਸਾਨੂੰ, ਕਿੰਨੇ ਸਿੱਖ ਸਨ ਚੋਜੀ ਫਰਮਾਇਆ ਏਡੀ, ਜੈਤੇ ਆਖਿਆ ਕੋਈ ਨਾ ਸਿੱਖ ਬਣਿਆ, ਡਰ ਮੌਤ ਦਾ ਸਭ ਤੇ ਛਾਇਆ ਏਡੀ। ਉਹ ਦਸਵੇਂ ਪਾਤਸ਼ਾਹ ਜੋਸ਼ ਵਿੱਚ ਕਹਿਣ ਲੱਗੇ, ਡਰ ਮੌਤ ਦਾ ਦਿਲੋਂ ਉਠਾ ਦਿਆਂਗਾ, ਜਿਹੜਾ ਲੱਖਾਂ ਵਿੱਚ
किन्ने सिख सन चोजी फरमाया एडी दैते आखिया कोई ना सिख बनिया डर मौत दा साब ते छाया एडी ओ दसवे पातशाह जोश विच कहण लगे डर मौत दा दिलों ही उठा देंगा जेड़ा लखां विच खड़ा ना लुक सके ऐसा सिख दा रूप बना देंगा करके सबर जेड़े जुलम सही जांदे इज्जत आबरू नहीं बचा सकदे हाथ जोड़ के वक्त गुजार देने जालम अगे नहीं हाथ उठा सकदे ओ सोदे जालम नू रण विच पहुंच के ते सोदे जालम नू रण विच पहुंच के ते तेग हाथ विच ऐसी फड़ा देंगा जेड़ा लखा विच खड़ा ना लुक सके ऐसा सिख दा रूप बना देंगा ओए ना गिदड़ा नू ऐसा शेर करना ए ना गिदड़ा नू ऐसा शेर करना ए गजन ता धरती भी कंब जावे देके गुड़ती सटाक दी शेर करना खत्म करन वाला इनू हंब जावे ओए दी मौत तो जिंदगी शुरू होनी कहिंदे पातशाह सबक सखा देंगा जेड़ा लखा विच खड़ा ना लुक सके ऐसा सिख दा रूप बना देंगा करा कौम विच मरन दा चा पैदा लग जान पावे किन्ने साल है दी जिसनू तक के मौत नू गश पै जे कायम करांगा ऐसी मसाल है दी ओ अमर होणगे अमृत दी दात लैके जीवन वखरी जोत जगा देंगा जेड़ा लखां विच खड़ा ना लुक सके ऐसा सिख दा रूप बना देंगा जेड़ा राखी ली आप मथाज होया राखी देश दी करेगा एक तनके एदी अणख नू कोई वंगारेगा रे ओदी छाती विच वज्जू फलाद बनके ओ एदे केसा नू कैंची ना कट सके एदे केसा नू कैंची ना कट सके शक्ति ऐसी विच केसा दे पा देंगा जेड़ा लखां विच खड़ा ना लुक सके ऐसा सिख दा रूप बना देंगा ओ साबत सूरत सर सोए दस्तार सोनी साबत सूरत सर सोए दस्तार सोनी ओ लोकां तो वखरी पोशाक एदी शाकाहारी ते देव असूल वाला नाले वखरी ओ खुराक एदी ओ रैणी बैणी ते करनी विच हो पूरा पान खंडे दी नवी चढ़ा देंगा जेड़ा लखां विच खड़ा ना लुक सके ऐसा सिख दा रूप बना देंगा किहा शैन शाह कईयां दी परख होनी कई बग बपड़े तरकार देने सुख पाउणगे फेर मर्जी बड़े कई जिन्ना तन मन अपने वार देने ओ राही परख विचों विरले पास होने ऊच नीच दे परम मटा देंगा जेड़ा लखां विच खड़ा ना लुक सके ऐसा सिख दा रूप बना देंगा जेड़ा लखां विच खड़ा ना लुक सके ऐसा सिख दा रूप बना देंगा तन गुरु कलगी वाले पातशाह महाराज जी ने आख्या जैता जी एक ऐसे पूर्ण मनुख की सिरजना करांगा एक ऐसा सिंह साज देंगा लखां विच ते की करोड़ां विच खलोता नजर आवेगा धन गुरु कलगी वाले पातशाह महाराज जी ने आनंदपुर साहब की पावन पवित्र धरती से मेरे पातशाह ने आख्या ढोलकी की आवाज़ थोड़ी है रणजीत नगारा मड़ा के दवान विच पेश किया जाए नंद चंद ने नगारा मड़ा के पेश किया जिदे उत्ते दोहरियां चोटां लगियां जिदी गूंज नाल ये धरती असमान गूंजिया शवालिक पहाड़ियों विच आजाद की हवा रुमकी मसंदा के कन्नां विच आवाज़ गूंजी मसला बेच और खंजर खरीद ओ भी अमल जाहिद के टकराने को है तेरी फकीरी शहशहन शाही सतगुरु कलगी वाले पातशाह महाराज जी ने आख्या शांतमई विच रह के हुण शहीदियां दे दौर चल चुके ने धन गुरु अर्जन साहब सच्चे पातशाह महाराज जी तत्ती तवी उत्ते बैठ के गुरु तेग बहादुर पातशाह महाराज जी ने हिंदू धर्म की रक्षा वास्ते दिल्ली चांदनी चौंक विच अपनी कुरबानी दे दित्ती है सतगुरु सच्चे पातशाह महाराज जी ने कहा हुण
ਜਬਰ ਤੇ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਨਾ ਹੋਵੇਗਾ। ਸਤਿਗੁਰੂ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਵਾਰ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਊਚ ਨੀਚ ਤੇ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰਨ ਵਾਸਤੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਲੰਗਰ ਦੀ ਪ੍ਰਥਾ ਚਲਾਈ, ਇੱਕ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਾਇਆ ਕਿ ਗੁਰੂ ਨਾਨਕ ਦੇ ਘਰ ਦਾ ਸੰਦੇਸ਼ ਹੈ, ਪਹਿਲੇ ਪੰਗਤ ਤੇ ਪਾਛੇ ਸੰਗਤ ਦੇ ਸੰਦੇਸ਼ ਨੂੰ ਨਿਭਾਉਣਾ ਚਾਹਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਲਾਕਿਆਂ ਦੇ ਵਿੱਚ ਚਿੱਠੀਆਂ ਭੇਜ ਕੇ ਸੰਗਤਾਂ ਨੂੰ ਸੱਦੇ ਪੱਤਰ ਭੇਜੇ ਆ, ਇੱਕ ਪੰਗਤ 'ਚ ਬਹਿ ਕੇ ਭੋਜਨ ਛਕਾਉਣਾ ਚਾਹਿਆ, ਜਦੋਂ ਕਿ ਇਹਨਾਂ ਪੰਡਤਾਂ ਨੂੰ ਵੀ ਮੇਰੇ ਪਾਤਸ਼ਾਹ ਨੇ ਸੱਦਾ ਪੱਤਰ ਭੇਜਿਆ ਕਿ ਤੁਸੀਂ ਵੀ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕੋ, ਪਰ ਇਹਨਾਂ ਪੰਡਤਾਂ ਨੇ ਹੰਕਾਰ ਵਿੱਚ ਆ ਕੇ ਇਹਨਾਂ ਨੇ ਆਪਣੀ ਕੁਲ ਅਤੇ ਜਾਤ ਦਾ ਮਾਣ ਕਰਦੇ ਹੋਏ ਕਿਹਾ, ਇਹਨਾਂ ਨੇ ਆਖਿਆ ਮਹਾਰਾਜ ਜੇ ਸਾਨੂੰ ਭੋਜਨ ਛਕਾਉਣਾ ਚਾਹੁੰਦੇ ਸੀ ਇਹਨਾਂ ਸ਼ੂਦਰਾਂ ਤੋਂ ਪਹਿਲਾਂ ਸਾਡੀ ਪੰਗਤ ਲਾਉਂਦੇ, ਅਸੀਂ ਇਹ ਨੀਵੀਂ ਜਾਤ ਵਾਲੇ ਨੇ ਇਹਨਾਂ ਵਿੱਚ ਬਹਿ ਕੇ ਅਸੀਂ ਭੋਜਨ ਨਹੀਂ ਛਕ ਸਕਦੇ, ਜੇ ਭੋਜਨ ਛਕਾਉਣਾ ਸੀ ਸਾਡੀ ਪਹਿਲਾਂ ਪੰਗਤ ਲਾਉਂਦੇ, ਅਸੀਂ ਇਹਨਾਂ ਸ਼ੂਦਰਾਂ ਵਿੱਚ ਬਹਿ ਕੇ ਭੋਜਨ ਨਹੀਂ ਛਕ ਸਕਦੇ। ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਪੰਡਤਾਂ ਨੂੰ ਸਮਝਾਉਣਾ ਕੀਤਾ। ਮਹਾਰਾਜ ਕਹਿਣ ਲੱਗੇ, ਉਹ ਪੰਡਤੋ ਜਿਨ੍ਹਾਂ ਨੂੰ ਤੁਸੀਂ ਨੀਵੀਂ ਜਾਤ ਵਾਲੇ ਕਹਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ, ਇਹ ਉਹ ਮੇਰੇ ਸਿੱਖ ਨੇ। ਸਤਿਗੁਰੂ ਜੀ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਤ ਸੋ ਗਰੀਬ ਕਰੋੜ ਪਰੇ। ਇੱਕ ਦਿਨ ਦੇਖ ਲਿਓ ਇਹਨਾਂ ਸਾਡੇ ਸਿੱਖਾਂ ਨੇ ਦੁਨੀਆ 'ਤੇ ਸਰਦਾਰੀ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ, ਦਰਕਾਰੇ ਡਿੱਗੇ ਹੋਏ ਸਿੱਖਾਂ ਨੂੰ ਉਠਾ ਕੇ ਘੁੱਟ ਕੇ ਛਾਤੀ ਦੇ ਨਾਲ ਲਾ ਲਿਆ। ਅਤੇ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਇਹਨਾਂ ਪੰਡਤਾਂ ਨੂੰ ਕਿਵੇਂ ਜਵਾਬ ਦੇ ਰਹੇ ਆ ਔਰ ਕਿਵੇਂ ਇਹਨਾਂ ਸਿੱਖਾਂ ਨੂੰ ਵੀਰ ਬਲਵਾਨ ਬਣਾਉਣ ਵਾਸਤੇ ਦੱਸ ਰਹੇ ਆ, ਉਸ ਵੇਲੇ ਦੇ ਸੀਨ ਨੂੰ ਪੇਸ਼ ਜਸਮੀਤ ਅਨਮੋਲ ਬਲਵਿੰਦਰ ਕੌਰ ਖਾਲਸਾ ਦਾ ਕਵੀਸ਼ਰ ਜਥਾ ਇਉਂ ਪੇਸ਼ ਕਰ ਰਿਹਾ ਹੈ ਜੀ। ਗੱਲ ਸੁਣ ਕੇ ਪੰਡਤ ਦੀ ਦਾਤੇ ਗੁੱਸੇ ਦੇ ਵਿੱਚ ਆ ਕੇ ਉੱਚੇ ਬਣ ਬੈਠੇ ਜੋ ਉਹਨਾਂ ਤਾਈ ਕਹਿਣ ਸੁਣਾ ਕੇ ਸੁਣ ਬਚਨ ਪਾਤਸ਼ਾਹ ਦੇ ਖੜ ਗਏ ਸਭੇ ਨਵਾ ਕੇ ਤੋਣਾ ਹੁਣ ਉੱਚਿਆਂ ਨੀਵਿਆਂ ਦਾ ਕਹਿੰਦੇ ਆਸਾਨ ਭੇਦ ਮਟਾਉਣਾ ਗੁਰੂ ਜਿਨ੍ਹਾਂ ਨੂੰ ਐਸੀ ਆਪਣੀ ਛਾਤੀ ਦੇ ਨਾਲ ਲਾਇਆ ਸ਼ੂਦਰ ਕਹਿ ਕਹਿ ਕੇ ਤੇ ਪਾੜਾ ਚਤਰ ਲੋਕਾਂ ਨੇ ਪਾਇਆ ਸ਼ੂਦਰ ਤੇ ਪੰਡਤਾਂ ਨੂੰ ਇੱਕੋ ਪੰਗਤ ਵਿੱਚ ਛਕਾਉਣਾ ਹੁਣ ਉੱਚਿਆਂ ਨੀਵਿਆਂ ਦਾ ਕਹਿੰਦੇ ਆਸਾਨ ਭੇਦ ਮਟਾਉਣਾ ਉਹ ਕਰੋ ਕਦਰ ਮਨੁੱਖਤਾ ਦੀ ਕਰੋ ਕਦਰ ਮਨੁੱਖਤਾ ਦੀ ਐਵੇਂ ਜਾਂਦੇ ਕਿਉਂ ਦਰਕਾਰੀ ਹੁਣ ਇਹਨਾਂ ਲੋਕਾਂ ਨੇ ਕਰਨੀ ਦੁਨੀਆ ਤੇ ਸਰਦਾਰੀ ਪੰਗਤ ਵਿੱਚ ਬੈਠ ਛਕੋ ਚੰਗਾ ਨਹੀਂ ਜੇ ਸ਼ੋਰ ਮਚਾਉਣਾ ਹੁਣ ਉੱਚਿਆਂ ਨੀਵਿਆਂ ਦਾ ਕਹਿੰਦੇ ਆਸਾਨ ਭੇਦ ਮਟਾਉਣਾ ਜਿਨ੍ਹਾਂ ਨੂੰ ਨਿੰਦ ਦਿਓ ਸਾਨੂੰ ਜਾਨੋ ਵੱਧ ਪਿਆਰੇ ਇਹਨਾਂ ਦੀ ਕਿਰਪਾ ਤੇ ਜਿੱਤੇ ਜੰਗ ਆਸਾਨ ਏ ਸਾਰੇ ਇਹਨਾਂ ਦੀ ਸ਼ਕਤੀ ਨੇ ਇਹਨਾਂ ਦੀ ਸ਼ਕਤੀ ਨੇ ਹੈਂਕੜ ਦੇ ਬੁਰਜਾਂ ਨੂੰ ਟਾਉਣਾ ਹੁਣ ਉੱਚਿਆਂ ਨੀਵਿਆਂ ਦਾ ਕਹਿੰਦੇ ਆਸਾਨ ਭੇਦ ਮਟਾਉਣਾ ਬਈਮਾ ਤੇ ਪਰਮਾ ਦੀ ਕੁਲੀ ਜੋ ਦੇਸ਼ ਦੇ ਵਿੱਚ ਹਨੇਰੀ ਪੂਜਾ ਕਰਵਾਉਣ ਪਏ ਜਿਹੜੇ ਕਰਦੇ ਹੇਰਾ ਫੇਰੀ ਬਣ ਬੈਠੇ ਰੱਬ ਜਿਹੜੇ ਉਹਨਾਂ ਨੂੰ ਹੈ ਸਬਕ ਸਿਖਾਉਣਾ ਹੁਣ ਉੱਚਿਆਂ ਨੀਵਿਆਂ ਦਾ ਕਹਿੰਦੇ ਆਸਾਨ ਭੇਦ ਮਟਾਉਣਾ ਸਹਿਕੇ ਅਪਮਾਨ ਜਿਹੜੇ ਸਹਿਕੇ ਅਪਮਾਨ ਜਿਹੜੇ ਜਾਂਦੇ ਪੈਰਾਂ ਵਿੱਚ ਲਤਾੜੇ ਹੱਕ ਦੇਣਾ ਉਹਨਾਂ ਨੂੰ ਜਿਹੜੇ ਹੱਕ ਲਈ ਕੱਢਦੇ ਹਾੜੇ ਇਹ ਸੋਚ ਪਾਤਸ਼ਾਹ ਦੀ ਇਹ ਸੋਚ ਪਾਤਸ਼ਾਹ ਦੀ ਚਿੜੀਆਂ ਕੋਲੋਂ ਬਾਜ ਤੜਾਉਣਾ ਹੁਣ ਉੱਚਿਆਂ ਨੀਵਿਆਂ ਦਾ ਕਹਿੰਦੇ ਆਸਾਨ ਭੇਦ ਮਟਾਉਣਾ ਨਫ਼ਰਤ ਨੂੰ ਭੁੱਲ ਕੇ ਤੇ ਆਪਣੇ ਬਣ
ਕੇ ਸਿੱਖੋ ਜਿਉਣਾ, ਨਹੀਂ ਮੰਜ਼ਲ ਪਾ ਸਕਦਾ ਰਾਹੀ ਜੋ ਜ਼ਿੰਦਗੀ ਤੋਂ ਹੀਣਾ। ਸਿੱਖੀ ਦੀ ਪਰਖ ਲੈ ਕੇ ਹੈ ਦਸ਼ਮੇਸ਼ ਨਿਰੰਗ ਲਿਆਉਣਾ, ਹੁਣ ਉੱਚਿਆਂ ਨੀਵਿਆਂ ਦਾ ਕਹਿੰਦੇ ਆਸਾਨ ਭੇਦ ਮਟਾਉਣਾ, ਹੁਣ ਉੱਚਿਆਂ ਨੀਵਿਆਂ ਦਾ ਕਹਿੰਦੇ ਆਸਾਨ ਭੇਦ ਮਟਾਉਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਪੰਡਿਤ ਨੂੰ ਸਮਝਾਉਣਾ ਚਾਹਿਆ, ਕਿਉਂਕਿ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਜਾਣਦੇ ਨੇ, ਇਹ ਉਹੀ ਪੰਡਿਤ ਹੈ ਜਿਹੜਾ ਪੰਡਿਤ ਕਦੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗਲ ਵਿੱਚ ਜੰਜੂ ਪਾਉਣ ਦੀ ਗੱਲ ਕਰਦਾ ਸੀ, ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਪੰਡਿਤ ਦੇ ਜੰਜੂ ਦਾ ਖੰਡਨ ਕੀਤਾ। ਮੇਰੇ ਪਾਤਸ਼ਾਹ ਨੇ ਆਖਿਆ, ਪੰਡਿਤ ਜੀ ਸਾਨੂੰ ਐਸਾ ਜੰਜੂ ਚਾਹੀਦਾ ਜਿਹੜਾ ਸਾਡੀ ਆਤਮਾ ਦੇ ਨਾਲ ਨਿਭੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮੜ ਲੱਗੇ, ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਣ ਸਨਾਨ ਕਾ ਜੋ ਗਲ ਚੱਲੇ ਪਾਏ। ਸਤਿਗੁਰੂ ਜੀ ਨੇ ਕਿਹਾ ਸਾਨੂੰ ਐਸਾ ਜੰਜੂ ਚਾਹੀਦਾ ਹੈ, ਜਾਣੀ ਜਾਣ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਜਾਣਦੇ ਸਨ ਕਿ ਇਸ ਪੰਡਿਤ ਦਾ ਮਾਇੰਡ ਬੜਾ ਸ਼ਾਰਪ ਆ, ਇਹ ਉਹੀ ਪੰਡਿਤ ਹੈ ਜਿਹੜੇ ਪੰਡਿਤ ਕਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ ਸਨ। ਗੁਰਬਾਣੀ ਦਾ ਕਥਨ ਹੈ, ਜੋ ਸ਼ਰਨ ਆਵੇ ਅਤੇ ਸਕੰਠ ਲਾਵੇ, ਇਹ ਬਿਰਦ ਸਵਾਮੀ ਸੰਧਾ ਗੁਰੂ ਨਾਨਕ ਦੇ ਘਰ ਦਾ ਸੰਦੇਸ਼ ਹੈ ਕਿ ਪੰਗਤ 'ਚ ਬਹਿ ਕੇ ਸਭ ਪ੍ਰਸ਼ਾਦਾ ਛਕਣ, ਸਭ ਮਿਲ ਕੇ ਭਾਈ ਭਾਈ ਇੱਕ ਜਗ੍ਹਾ ਬੈਠ ਕੇ ਕੀਰਤਨ ਕਰਨ ਅਤੇ ਸਰਵਣ ਕਰਨ। ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਇਹ ਗੁਰੂ ਨਾਨਕ ਦਾ ਘਰ ਆ, ਇੱਥੇ ਹਿੰਦੂ ਮੁਸਲਮਾਨ ਸਿੱਖ ਈਸਾਈ ਪਾਰਸੀ ਜੈਨੀ ਬੋਧੀ ਜੋਗੀ ਜੰਗਮ ਸੰਨਿਆਸੀ ਸਰੇਵੜਾ ਊਚ ਨੀਚ ਰਾਜਾ ਦਾ ਪਰਜਾ ਕੋਈ ਵੀ ਆਵੇ, ਉਹ ਪੰਗਤ 'ਚ ਬਹਿ ਕੇ ਲੰਗਰ ਛਕ ਸਕਦਾ ਅਤੇ ਸੰਗਤ 'ਚ ਬੈਠ ਕੇ ਗੁਰੂ ਦੀ ਬਾਣੀ ਸੁਣ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਗੁਰੂ ਕੇ ਸਿੱਖਾਂ ਨੂੰ ਵੀਰ ਬਲਵਾਨ ਬਣਾਉਣ ਵਾਸਤੇ, ਸ਼ੇਰ ਵਰਗੀ ਬਿਰਤੀ ਦੇਣ ਵਾਸਤੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਸਿੰਘ ਬਣਾਇਆ। ਸਿੰਘ ਦਾ ਮਤਲਬ ਹੈ ਸ਼ੇਰ, ਸ਼ੇਰ ਵਰਗੀ ਬਿਰਤੀ ਆਪਣੇ ਸਿੱਖ ਵਿੱਚ ਧਾਰਨ ਕੀਤੀ ਹੈ। ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਬਾਜ ਵਰਗੀਆਂ ਬਿਰਤੀਆਂ ਦਿੱਤੀਆਂ ਨੇ। ਸਾਧ ਸੰਗਤ, ਬਾਜ ਇੱਕ ਉਹ ਜਾਨਵਰ ਹੈ, ਉਹ ਪੰਛੀ ਹੈ ਜਿਹਦੇ ਵਿੱਚ ਬੜੀਆਂ ਖੂਬੀਆਂ ਆ। ਬਾਜ ਕਦੇ ਨੀਵੀਂ ਜਗ੍ਹਾ 'ਤੇ ਨਹੀਂ ਬੈਠਦਾ, ਬਾਜ ਪਿੰਜਰੇ ਵਿੱਚ ਕੈਦ ਨਹੀਂ ਰਹਿ ਸਕਦਾ, ਪਿੰਜਰਾ ਤੋੜ ਦੇਵੇਗਾ ਜਾਂ ਮਰ ਜਾਵੇਗਾ। ਬਾਜ ਆਪਣਾ ਸ਼ਿਕਾਰ ਖੁਦ ਕਰਦਾ ਏ, ਕਿਸੇ ਦਾ ਕੀਤਾ ਸ਼ਿਕਾਰ ਨਹੀਂ ਖਾਂਦਾ। ਮੇਰੇ ਪਾਤਸ਼ਾਹ ਨੇ ਆਪਣੇ ਸਿੱਖਾਂ ਅੰਦਰ ਐਸੀ ਬਿਰਤੀ ਪੈਦਾ ਕੀਤੀ ਹੈ, ਮਜ਼ਲੂਮਾਂ ਦਾ ਰੱਖਿਅਕ ਗਰੀਬਾਂ ਦਾ ਸਹਾਇਕ ਇਹ ਖਾਲਸਾ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਜਾਉਣਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਹੁਣ ਸ਼ਾਂਤਮਈ ਵਿੱਚ ਰਹਿ ਕੇ ਸ਼ਹੀਦੀਆਂ ਦੇ ਦੌਰ ਚੱਲ ਚੁੱਕੇ ਨੇ, ਗੁਰੂ ਨਾਨਕ ਦੇ ਘਰ ਨੂੰ ਚੰਗੇ ਸ਼ਸਤਰ ਬਸਤਰ ਅਤੇ ਅਸਤਰ ਲਿਆ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਵਿੱਚੋਂ ਜਦੋਂ ਐਸੀਆਂ ਗੱਲਾਂ ਇਹਨਾਂ ਪੰਡਤਾਂ ਨੇ ਸੁਣੀਆਂ, ਕਿਉਂਕਿ ਇਹ ਉਹ ਪੰਡਿਤ ਹੈ ਜਿਹੜਾ ਕੇਵਲ ਖੀਰ ਕੜਾ ਖਾਣ ਜਾਣਦਾ, ਇਹ ਸ਼ਸਤਰ ਚੁੱਕਣੇ ਨਹੀਂ ਜਾਣਦਾ, ਪਰ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਜਿਹੜੇ ਇਹ ਕਹਿੰਦੇ ਨੇ ਕਿ ਨੰਗੀ ਕਰਦ ਕਦੇ ਨਹੀਂ ਪਕੜੀ, ਸਤਿਗੁਰੂ ਜੀ ਕਹਿੰਦੇ ਅਸੀਂ ਉਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਦੇ ਦੇਣੀਆਂ ਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਵੱਧਦੀ ਤਾਕਤ ਅਨੰਦਪੁਰ ਸਾਹਿਬ ਦੀ ਪਾਵਨ ਪਿੱਤਰ ਧਰਤੀ 'ਤੇ, ਉਹ 22 ਧਾ ਦੇ ਪਹਾੜੀ ਰਾਜੇ ਵੀ ਸੜਬੜ ਕੇ ਕੋਲੇ ਹੋਣ ਲੱਗੇ। ਕਵੀ ਨੇ ਬੜਾ ਸੋਹਣਾ ਲਿਖਿਆ, ਉੱਥੋਂ ਦਾ ਰਾਜਾ ਭੀਮ ਚੰਦ ਕਹਿਲੂਰੀਆ ਪਰਬਤ ਦਾ ਰਾਣਾ, ਉਹਨੇ ਤੱਕਿਆ ਜਦੋਂ ਅਨੰਦਪੁਰ ਸਿੰਘਾਂ ਦਾ ਢਾਣਾ, ਉਹਦੇ ਸੀਨੇ ਦੇ ਵਿੱਚ ਮੱਚਿਆ ਉਹ ਨੀਲਾ ਬਾਣਾ, ਉਹ ਸੋਚੇ ਖਿਲਰ ਜਾਏ ਨਾ ਮੇਰਾ ਪੇਟਾ ਤਾਣਾ, ਉਹਨੂੰ ਚੇਤਾ ਛੇਵੇਂ ਗੁਰਾਂ ਦਾ ਆ ਗਿਆ ਪੁਰਾਣਾ, ਉਸ ਇਕੱਠਾ ਕੀਤਾ ਆਪਣਾ ਰਾਜਪੂਤੀ ਲਾਣਾ, ਪਰ ਕਲਗੀ ਧਰਵੀ ਦਿਲਬਰਾ ਨਹੀਂ ਬਾਲ ਨਿਆਣਾ। ਸਤਿਗੁਰੂ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਆਪਣੇ ਗੁਰੂ ਕੇ ਸਿੰਘਾਂ ਨੂੰ ਬਲਵਾਨ ਬਣਾਉਣਾ ਚਾਹੁੰਦੇ ਸਨ, ਉਹਨਾਂ ਨੂੰ ਸ਼ਸਤਰਾਂ ਹਥਿਆਰਾਂ ਦੇ ਨਾਲ ਜੋੜਨਾ ਚਾਹੁੰਦੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹੋਏ ਆ ਪੰਡਿਤ ਕੇਸੋ ਅਤੇ ਕਾਲੀਦਾਸ। ਜਦੋਂ ਇਹਨਾਂ ਨੇ ਸ਼ਸਤਰਾਂ ਦੀ ਗੱਲ ਸੁਣੀ ਨਾ ਕਿ ਪਾਤਸ਼ਾਹ ਕਹਿੰਦੇ ਨੇ ਅਸੀਂ ਆਪਣੇ ਸਿੱਖ ਨੂੰ ਆਜ਼ਾਦ ਬਣਾ ਦੇਣਾ ਆਜ਼ਾਦ, ਅਤੇ ਇਹਨਾਂ ਪੰਡਤਾਂ ਨੇ ਅੱਗੇ ਹੋ ਕੇ ਪੰਡਿਤ ਕੇਸੋ ਅਤੇ ਕਾਲੀਦਾਸ ਕਹਿਣ ਲੱਗੇ, ਕਹਿੰਦੇ ਮਹਾਰਾਜ ਜੇ ਆਜ਼ਾਦੀ ਦੀ ਗੱਲ ਕਰਦੇ ਹੋ ਇਹਨਾਂ ਸ਼ਸਤਰਾਂ ਅਤੇ ਹਥਿਆਰਾਂ ਦੀ ਕੀ ਜ਼ਰੂਰਤ ਹੈ, ਜੇ ਆਜ਼ਾਦੀ ਲੈਣੀ ਚਾਹੁੰਦੇ ਹੋ ਹਿੰਦੁਸਤਾਨ ਦੇ ਵਿੱਚ ਅਸੀਂ ਤੁਹਾਨੂੰ ਆਜ਼ਾਦੀ ਦਵਾ ਸਕਦੇ ਹਾਂ।
सतगुरु सच्चे पातशाह महाराज जी ने आख्या किवें कहिंदे महाराज असी चंडी प्रगट करांगे ते ओ चंडी सानू देश विच आजाद करवा सकती है। जानी जान सतगुरु जानदे सन इन्हां पंडतां ने अपना भरम जाल गुरदेव उत्ते पाउंदे होए गल्लां कीतियां पर धन गुरु कलगी वाले पातशाह महाराज इन्हां पंडतां दी रमज नूं पछाणदे सन। सतगुरु सच्चे पातशाह महाराज जी ने आख्या उहदे वास्ते की करना पैणा। इस पंडित केसो ते कालीदास ने अगे हो के गल विच पा के पल्ला आख्या महाराज नैणा देवी दे टिले उत्ते असी चंडी प्रगट करांगे हवन जग करांगे उहदे वास्ते सानू समगरी चाहीदी है। ये दोवें पंडित सतगुरु सच्चे पातशाह महाराज जी दे सन्मुख हो के नैणा देवी दे टिले उत्ते चंडी प्रगट करके आजादी की गल इंज करते हैं जी। केसो दास ते काली पंडित दाते नू फरमाउंदे कर हंकार सी कहिंदे दोवें क्यों जे ढेरी टौंदे ओ टिल्ले चल नैणा देवी दे चोली तुसी भरा लो जेकर तुसी आजादी चाहुंदे प्रगट चंडी करवा लो। केसो दास ते काली पंडित दाते नू फरमाउंदे कर हंकार सी कहिंदे दोवें क्यों जे ढेरी टौंदे ओ टिल्ले चल नैणा देवी दे चोली तुसी भरा लो जेकर तुसी आजादी चाहुंदे प्रगट चंडी करवा लो। ब्रह्मा दे हनवांग पूज दे सानू लोकी सारे तुहाडे सारे दूर करांगे कष्ट जो आए पारे ओ अगे अगे हो दोवें दस दे अगे अगे हो दोवें दस दे हवन द खर्च उठा लो जेकर तुसी आजादी चाहुंदे प्रगट चंडी करवा लो। फौजां दी ना लोड़े पैणी मन लो बात हमारी तक हंकार दोवां दा चोजी कीती झट तैयारी ओ मन विच सोचा सोची जांदे पंडतां नू अजमा लो जेकर तुसी आजादी चाहुंदे प्रगट चंडी करवा लो। ओ एक एक करके खर्च सी दस दे ओ एक एक करके खर्च सी दस दे जो समगरी लियाउणी लंबी लिस्ट बना के देती जग विच जो सटवाउणी ओ देवी प्रगट करन लई सी नवी खेड बना लो जेकर तुसी आजादी चाहुंदे प्रगट चंडी करवा लो। होया फेर लखां दा उथे खर्च जो कीता पारा तोड़न लई हंकार पंडित दा रचिया खेड नियारा ओ पहुंची रस्त टिले दे उत्ते रल मिल हिस्सा पा लो जेकर तुसी आजादी चाहुंदे प्रगट चंडी करवा लो। होया लालच पंडित नू जो माया वेख के भाली पूजा करती शुरू दवाने कर दे काली काली ओ चोजी कहिंदे लियाओ देवी नू सारा जोर लगा लो जेकर तुसी आजादी चाहुंदे प्रगट चंडी करवा लो। ओ मन विच बहुते खुश सी होए पाया विच भलेखे मन विच बहुते खुश सी होए पाया विच भुलेखे छेती पूजा खत्म करांगे काली केसो वल वेखे ओ राही सोभा सतगुर जी दी विच हजूरी गालो जेकर तुसी आजादी चाहुंदे प्रगट चंडी करवा लो। ये दोवें पंडित केसो ते कालीदास कहन लगे महाराज आजादी दी की गल करदे जे हथियारां ते शस्त्रां नाल नहीं आजादी नैणा देवी दे टिल्ले उत्ते चंडी प्रगट करांगे ओ चंडी सानू देश विच आजाद करवा सकदी है। सतगुरु सच्चे पातशाह महाराज जी उत्ते इन्हां ने अपना भरम जाल पाया पर धन गुरु नानक पातशाह महाराज जी दे घर विच हरजू हंकार ना पावई वेद कूक सुनावे। सतगुरु सच्चे पातशाह महाराज जी ने इन्हां पंडतां दा हंकार तोड़न वास्ते
ਚੰਡੀ ਪ੍ਰਗਟ ਕਰਨ ਵਾਸਤੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਰਾਜੀ ਹੋ ਗਏ। ਇਹਨਾਂ ਆਖਿਆ ਮਹਾਰਾਜ ਇੱਕ ਲੰਬੀ ਲਿਸਟ ਬਣਾ ਕੇ ਦਿੱਤੀ ਹੈ, ਆਹ ਸਾਰੀ ਸਮੱਗਰੀ ਸਾਨੂੰ ਚਾਹੀਦੀ ਹੈ, ਅਸੀਂ ਹਵਨ ਜੱਗ ਕਰਾਂਗੇ ਅਤੇ ਚੰਡੀ ਪ੍ਰਗਟ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਇਤਿਹਾਸ ਦੱਸਦਾ ਹੈ, ਉਹਨਾਂ ਵੇਲਿਆਂ ਵਿੱਚ ਇਹਨਾਂ ਪੰਡਤਾਂ ਨੇ ਗੁਰਦੇਵ ਦੇ ਕੋਲੋਂ 125,000 ਰੁਪਏ ਦੀ ਸਮੱਗਰੀ ਮੰਗਵਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਮੱਗਰੀ ਮੰਗਵਾ ਕੇ ਦਿੱਤੀ ਹੈ ਨੈਣਾ ਦੇਵੀ ਦੇ ਟਿੱਲੇ ਉੱਤੇ। ਹੁਣ ਚੰਡੀ ਪ੍ਰਗਟ ਕਰਨ ਲੱਗੇ ਨੇ, ਹਵਨ ਜੱਗ ਬਣਾਇਆ, ਉਹਦੇ ਦੁਆਲੇ ਬੈਠ ਕੇ ਜੰਤਰ ਮੰਤਰ ਤੰਤਰ ਪੜਨ ਲੱਗੇ। ਇਤਿਹਾਸ ਕਹਿੰਦਾ ਹੈ ਕਾਫੀ ਸਮਾਂ ਬੀਤ ਗਿਆ, ਇੱਥੋਂ ਤੱਕ 6-7 ਮਹੀਨੇ ਗੁਜ਼ਰ ਗਏ, ਪਰ ਇਹਨਾਂ ਕੋਲੋਂ ਚੰਡੀ ਪ੍ਰਗਟ ਨਾ ਹੋਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਕੇ ਸਿੱਖਾਂ ਨੂੰ ਲੈ ਕੇ ਨਾਲ ਪਤਾ ਕਰਨ ਵਾਸਤੇ ਨੈਣਾ ਦੇਵੀ ਦੇ ਟਿੱਲੇ ਉੱਤੇ ਪੁੱਜੇ ਆ ਕਿ ਪੰਡਤਾਂ ਕੋਲੋਂ ਚੰਡੀ ਪ੍ਰਗਟ ਹੋਈ ਹੈ ਕਿ ਨਹੀਂ। ਜਦੋਂ ਮੇਰੇ ਗੁਰਦੇਵ ਸਮੇਤ ਸਿੱਖਾਂ ਦੇ ਜਦੋਂ ਨੈਣਾ ਦੇਵੀ ਦੇ ਟਿੱਲੇ ਉੱਤੇ ਪੁੱਜੇ, ਪਤਾ ਕੀਤਾ, ਪੰਡਤਾਂ ਨੂੰ ਪੁੱਛਿਆ ਕਿ ਪੰਡਿਤ ਜੀ ਚੰਡੀ ਪ੍ਰਗਟ ਕਿਉਂ ਨਹੀਂ ਹੋ ਰਹੀ। ਇਸ ਪੰਡਿਤ ਨੇ ਫਿਰ ਆਪਣਾ ਭਰਮ ਜਾਲ ਪਾਇਆ, ਇਹ ਸੋਚਣ ਲੱਗੇ ਕਿ ਕਿਉਂ ਨਾ ਇਸ ਗੁਰੂ ਨੂੰ ਦਬਾ ਦੇਣਾ ਹੀ ਠੀਕ ਹੈ। ਇਹਨਾਂ ਪੰਡਤਾਂ ਨੇ ਗੁਰਦੇਵ ਉੱਤੇ ਆਪਣਾ ਭਰਮ ਜਾਲ ਪਾਉਣ ਵਾਸਤੇ ਇਹ ਮਨ ਵਿੱਚ ਵਿਚਾਰ ਬਣਾਈ ਕਿ ਜਦੋਂ ਅਸੀਂ ਗੁਰੂ ਨੂੰ ਕਹਾਂਗੇ ਕਿ ਚੰਡੀ ਜਿਹੜੀ ਹੈ ਉਹ ਕਿਸੇ ਦੀ ਬਲੀ ਮੰਗਦੀ ਹੈ, ਗੁਰਦੇਵ ਕਹਿਣਗੇ ਕਿ ਬਲੀ ਵਾਸਤੇ ਕਿਸੇ ਮਹਾਨ ਆਤਮਾ ਦੀ ਲੋੜ ਹੈ, ਅਸੀਂ ਗੁਰੂ ਦੀ ਹੀ ਬਲੀ ਦੇ ਦੇਵਾਂਗੇ। ਪਰ ਜਾਣੀ ਜਾਣ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਪੰਡਿਤ ਕਹਿਣ ਲੱਗੇ ਕਿ ਚੰਡੀ ਕਿਸੇ ਦੀ ਬਲੀ ਮੰਗਦੀ ਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿਹਦੀ ਬਲੀ ਮੰਗਦੀ ਏ? ਇਹ ਕਹਿਣ ਲੱਗੇ, ਕਹਿੰਦੇ ਮਹਾਰਾਜ ਕੋਈ ਚੰਗੀ ਮਹਾਨ ਆਤਮਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਇਹ ਵਿਚਾਰ ਕਰ ਰਹੇ ਸੀ, ਇਹਨਾਂ ਨੇ ਥੋੜ੍ਹਾ ਜਿਹਾ ਇਸ਼ਾਰਾ ਸਾਹਿਬਜ਼ਾਦੇ ਅਜੀਤ ਸਿੰਘ ਵੱਲ ਕੀਤਾ ਹੈ। ਮੇਰੇ ਪਾਤਸ਼ਾਹ ਨੇ ਆਖਿਆ ਉਹ ਪੰਡਤ ਤੁਹਾਡੇ ਤੋਂ ਵੱਡਾ ਧਰਮਾਤਮਾ ਅਤੇ ਉੱਚ ਕੁੱਲ ਇਨਸਾਨ ਕਿਹੜਾ ਹੋ ਸਕਦਾ ਹੈ? ਤੁਸੀਂ ਬਲੀ ਦੀ ਤਿਆਰੀ ਕਰੋ, ਚੰਡੀ ਪ੍ਰਗਟ ਅਸੀਂ ਕਰਾਂਗੇ। ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਮੇ ਦੇ ਵਿੱਚੋਂ ਇਹ ਸ਼ਬਦ ਸੁਣ ਕੇ ਪੰਡਿਤ ਕੇਸੋ ਅਤੇ ਕਾਲੀਦਾਸ ਥਰ ਥਰਾਉਣ ਲੱਗੇ। ਇਹਨਾਂ ਦੇ ਪੈਰਾਂ ਹੇਠੋਂ ਜੰਮੀ ਨਿਕਲ ਗਈ, ਗਲ ਵਿੱਚ ਪਾ ਕੇ ਪੱਲੇ, ਥਿੜਕਦੀਆਂ ਜ਼ਬਾਨਾਂ ਵਿੱਚੋਂ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹੋ ਕੇ ਕਹਿੰਦੇ ਮਹਾਰਾਜ ਚੰਡੀ ਨੇ ਤਾਂ ਸਾਡੀ ਬਲੀ ਪ੍ਰਵਾਨ ਨਹੀਂ ਕਰਨੀ। ਮੇਰੇ ਪਾਤਸ਼ਾਹ ਕਹਿੰਦੇ ਪੰਡਤੋ ਚੰਡੀ ਪ੍ਰਗਟ ਅਸੀਂ ਕਰਾਂਗੇ, ਤੁਸੀਂ ਬਲੀ ਦੀ ਤਿਆਰੀ ਕਰੋ। ਪਰ ਇਹ ਪੰਡਿਤ ਕੇਸੋ ਅਤੇ ਕਾਲੀਦਾਸ ਇਹਨਾਂ ਦਾ ਸਾਰਾ ਟੋਲਾ ਗੁਰਦੇਵ ਦੇ ਸਨਮੁਖ ਹੋ ਕੇ ਗੁਰੂ ਦੇ ਕੋਲੋਂ ਚੰਡੀ ਪ੍ਰਗਟ ਕਰਨ ਵਾਸਤੇ 3 ਦਿਨ ਦਾ ਸਮਾਂ ਜਿਵੇਂ ਮੰਗਦੇ ਆ, ਉਸ ਵੇਲੇ ਦੇ ਸੀਨ ਨੂੰ ਪੇਸ਼ ਇਉਂ ਕੀਤਾ ਜਾ ਰਿਹਾ ਜੀ। ਬੀਤ ਗਏ ਮਹੀਨੇ ਐਸੀ ਜਾਦੀ 8 ਦੀ, ਹੋ ਗਿਆ ਟਲੇ ਤੇ ਸੰਗਤਾਂ ਦਾ 8 ਦੀ, ਹੋ ਗਿਆ ਟਲੇ ਤੇ ਸੰਗਤਾਂ ਦਾ 8 ਦੀ। ਉਹ ਖੁੱਲ ਗਿਆ ਸੀ ਪਾਜ ਕਬਰ ਆ ਕੇ ਚੋਰ ਸੀ, 3 ਦਿਨ ਸਮਾਂ ਮੰਗਦੇ ਸੀ ਹੋਰ ਜੀ, 3 ਦਿਨ ਸਮਾਂ ਮੰਗਦੇ ਸੀ ਹੋਰ ਜੀ। ਫੂਕਤਾ ਹਜ਼ਾਰਾਂ ਦਾ ਜਦੋਂ ਸਮਾਨ ਜੀ, ਲਾ ਕੇ ਤੇ ਬਹਾਨਾ ਫੇਰ ਫਰਮਾਨ ਜੀ, ਲਾ ਕੇ ਤੇ ਬਹਾਨਾ ਫੇਰ ਫਰਮਾਨ ਜੀ। ਥੱਕ ਗਏ ਸੀ ਜਦੋਂ ਲਾ ਕੇ ਸਾਰਾ ਜ਼ੋਰ ਜੀ, 3 ਦਿਨ ਸਮਾਂ ਮੰਗਦੇ ਸੀ ਹੋਰ ਜੀ, 3 ਦਿਨ ਸਮਾਂ ਮੰਗਦੇ ਸੀ ਹੋਰ ਜੀ। ਆਵੇ ਕੋਈ ਜੋਧਾ ਸਿਰ ਥਰ ਤਲੀ ਨੀ, ਸਿਰ ਥਰ ਤਲੀ ਨੀ, ਸਿਰ ਥਰ ਤਲੀ ਨੀ, ਆਵੇ ਕੋਈ ਜੋਧਾ ਸਿਰ ਥਰ ਤਲੀ ਨੀ, ਮੰਗਦੀ ਆ ਦੇਵੀ ਸੂਰਮੇ ਦੀ ਬਲੀ ਨੀ, ਮੰਗਦੀ ਆ ਦੇਵੀ ਸੂਰਮੇ ਦੀ ਬਲੀ ਨੀ। ਉਹ ਕਹਿਣੇ ਉਹਦੇ ਹੱਥ ਸਾਰਿਆਂ ਦੀ ਡੋਰ ਜੀ, ਸਾਰਿਆਂ ਦੀ ਡੋਰ ਜੀ, ਸਾਰਿਆਂ ਦੀ ਡੋਰ ਜੀ, ਕਹਿਣੇ ਉਹਦੇ ਹੱਥ ਸਾਰਿਆਂ ਦੀ ਡੋਰ ਜੀ, 3 ਦਿਨ ਸਮਾਂ ਮੰਗਦੇ ਸੀ ਹੋਰ ਜੀ, 3 ਦਿਨ ਸਮਾਂ ਮੰਗਦੇ ਸੀ ਹੋਰ ਜੀ। ਪੰਡਤਾਂ ਦੀ ਵੇਖ ਕੇ ਸ਼ਤਾਨੀ ਸਾਰੀਏ, ਕਹਿੰਦੇ ਤੁਸੀਂ ਬਲੀ ਦੀ ਕਰੋ ਤਿਆਰੀਏ, ਕਹਿੰਦੇ ਤੁਸੀਂ ਬਲੀ ਦੀ ਕਰੋ ਤਿਆਰੀਏ। ਉਹ ਘਬਰਾਓ ਨਾ ਤੇ ਨਾ ਹੀ ਕਰੋ ਸ਼ੋਰ ਜੀ, 3 ਦਿਨ ਸਮਾਂ ਮੰਗਦੇ ਸੀ ਹੋਰ ਜੀ, 3 ਦਿਨ ਸਮਾਂ ਮੰਗਦੇ ਸੀ ਹੋਰ ਜੀ। ਸੁਣ ਕੇ ਪੰਡਤ ਪਾਤਸ਼ਾਹ ਦੀ ਗੱਲ ਨੀ, ਨਿਕਲੇ ਪ੍ਰਾਣ ਕੇ ਸੋ ਗਿਆ ਹੱਲ ਨੀ, ਨਿਕਲੇ ਪ੍ਰਾਣ ਕੇ ਸੋ ਗਿਆ ਹੱਲ ਨੀ। ਉਹ ਹੋ ਗਿਆ ਅੱਖਾਂ ਦੇ ਅੱਗੇ ਅੰਧ ਕੋਰ ਜੀ, 3 ਦਿਨ ਸਮਾਂ ਮੰਗਦੇ ਸੀ ਹੋਰ ਜੀ, 3 ਦਿਨ ਸਮਾਂ ਮੰਗਦੇ ਸੀ ਹੋਰ ਜੀ। ਕਾਲੀਦਾਸ ਅਤੇ ਕੇਸੋ ਕਬਰਾਨ ਜੀ,
ਸਾਡੀ ਤਾਂ ਨੀ ਬਲੀ ਹੋਣੀ ਪਰਵਾਨ ਨੀ, ਸਾਡੀ ਤਾਂ ਨੀ ਬਲੀ ਹੋਣੀ ਪਰਵਾਨ ਨੀ। ਪੰਡਤਾਂ ਦੀ ਬਦਲੀ ਸੀ ਚਾਲ ਤੋਰ ਜੀ, ਤਿੰਨ ਦਿਨ ਸਮਾਂ ਮੰਗਦੇ ਸੀ ਹੋਰ ਜੀ, ਤਿੰਨ ਦਿਨ ਸਮਾਂ ਮੰਗਦੇ ਸੀ ਹੋਰ ਜੀ। ਓ ਰੁੱਸੀ ਦੇਵੀ ਸਾਨੂੰ ਮਨਾਉਣੀ ਪੈਣੀ ਹੈ, ਹੋ ਰੁੱਸੀ ਦੇਵੀ ਸਾਨੂੰ ਮਨਾਉਣੀ ਪੈਣੀ ਹੈ, ਭਲੀ ਤੁਹਾਡੇ ਸੀ ਸਦੀ ਚੜਾਉਣੀ ਪੈਣੀ ਹੈ, ਭਲੀ ਤੁਹਾਡੇ ਸੀ ਸਦੀ ਚੜਾਉਣੀ ਪੈਣੀ ਹੈ। ਦਈਏ ਪਰ ਲੋਕ ਵੱਲ ਤੁਹਾਨੂੰ ਤੋਰ ਜੀ, ਤਿੰਨ ਦਿਨ ਸਮਾਂ ਮੰਗਦੇ ਸੀ ਹੋਰ ਜੀ, ਤਿੰਨ ਦਿਨ ਸਮਾਂ ਮੰਗਦੇ ਸੀ ਹੋਰ ਜੀ। ਨੇਤਰਾਂ ਚ ਵੇਖ ਕੇ ਕਰੋਧ ਜੋਸ਼ ਦੀ, ਰਾਹੀ ਪੰਡਤਾਂ ਨੂੰ ਭੁੱਲ ਗਏ ਹੋਸ਼ ਦੀ, ਗਿੱਲ ਪੰਡਤਾਂ ਨੂੰ ਭੁੱਲ ਗਏ ਹੋਸ਼ ਦੀ। ਗਿੱਲ ਦੀ ਗਿਰੀਸ ਕਰ ਲਊਗਾ ਮੋਰ ਜੀ, ਕਰ ਲਊਗਾ ਮੋਰ ਜੀ, ਕਰ ਲਊਗਾ ਮੋਰ ਜੀ, ਗਿੱਲ ਦੀ ਗਿਰੀਸ ਕਰ ਲਊਗਾ ਮੋਰ ਜੀ, ਤਿੰਨ ਦਿਨ ਸਮਾਂ ਮੰਗਦੇ ਸੀ ਹੋਰ ਜੀ, ਤਿੰਨ ਦਿਨ ਸਮਾਂ ਮੰਗਦੇ ਸੀ ਹੋਰ ਜੀ, ਤਿੰਨ ਦਿਨ ਸਮਾਂ ਮੰਗਦੇ ਸੀ ਹੋਰ ਜੀ। ਹੋ ਇਹ ਪੰਡਿਤ ਮਹਾਰਾਜ ਜੀ ਦੇ ਸਨਮੁਖ ਹੋ ਕੇ ਤਿੰਨ ਦਿਨ ਦਾ ਸਮਾਂ ਹੋਰ ਮੰਗਦੇ ਆ, ਪਰ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪੰਡਿਤ ਜੀ ਤੁਸੀਂ ਬੜੇ ਬੜੇ ਵਿਦਵਾਨ ਜੇ, ਕਈ ਕਈ ਵੇਦਾਂ ਦੇ ਜਾਣੂ ਜੇ, ਤੁਸੀਂ ਬਲੀ ਦੀ ਤਿਆਰੀ ਕਰੋ, ਚੰਡੀ ਪ੍ਰਗਟ ਅਸੀਂ ਕਰਾਂਗੇ। ਹੁਣ ਪੰਡਿਤ ਮਨ ਵਿੱਚ ਘਬਰਾਉਣ ਲੱਗੇ, ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਇਹ ਚੰਡੀ ਤੇ ਸਾਡੇ ਉੱਤੇ ਪੁੱਠੀ ਪੈ ਗਈ ਏ। ਪੰਡਿਤ ਨੇ ਆਖਿਆ, ਮਹਾਰਾਜ ਜੇ ਬਲੀ ਸਾਡੀ ਦੇਣੀ ਹੈ ਤੇ। ਪੰਡਿਤ ਕੇਸੋਦਾਸ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਂ ਫਿਰ ਜਾ ਕੇ ਇਸ਼ਨਾਨ ਪਾਣ ਕਰ ਆਉਣਾ। ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਜਾਣਦੇ ਸੀ ਕਿ ਇਹਨੇ ਪੰਡਿਤ ਨੇ ਵਾਪਸ ਪਰਤ ਕੇ ਨਹੀਂ ਆਉਣਾ। ਮੇਰੇ ਪਾਤਸ਼ਾਹ ਕਹਿੰਦੇ, ਪੰਡਿਤ ਜੀ ਠੀਕ ਹੈ, ਬਲੀ ਦੇਣ ਵਾਸਤੇ ਸੁਚਮਤਾ ਜ਼ਰੂਰੀ ਹੈ, ਇਸ਼ਨਾਨ ਕਰ ਆਓ। ਇਹ ਪੰਡਿਤ ਇਸ਼ਨਾਨ ਕਰਨ ਵਾਸਤੇ ਗਿਆ, ਵਾਪਸ ਨਹੀਂ ਆਇਆ। ਪਰ ਇੱਧਰ ਮੇਰੇ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕੀ ਕੌਤਕ ਵਰਤਾਉਂਦੇ ਆ। ਆਓ ਥੋੜ੍ਹਾ ਜਿਹਾ ਆਪਣਾ ਧਿਆਨ ਪਟਨੇ ਦੀ ਧਰਤੀ 'ਤੇ ਲੈ ਚੱਲੀਏ। ਜਦੋਂ ਪਟਨੇ ਦੀ ਧਰਤੀ ਉੱਤੇ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ 5 ਸਾਲ ਦੀ ਆਯੂ ਸੀ, ਜਦੋਂ ਆਪਣੇ ਹਾਣੀ ਸਾਥੀਆਂ ਨਾਲ ਗੰਗਾ ਦੇ ਕਿਨਾਰੇ ਉੱਤੇ ਖੇਡਦੇ ਆ ਅਤੇ ਪਾਣੀ ਵਿੱਚ ਇਸ਼ਨਾਨ ਕਰਦੇ ਆ, ਬੱਚੇ ਹਾਣੀ ਸਾਥੀਆਂ ਦੇ ਨਾਲ ਖੇਡਦੇ ਆ, ਉਹਨਾਂ ਦੀ ਬਾਂਹ ਵਿੱਚੋਂ ਇੱਕ ਕੰਗਣ ਪਾਣੀ ਵਿੱਚ ਡਿੱਗ ਪਿਆ। ਮਾਤਾ ਗੁਜਰ ਕੌਰ ਜੀ ਨੇ ਆਖਿਆ, ਲਾਲ ਜੀ ਉਹ ਕੰਗਣ ਬੜਾ ਕੀਮਤੀ ਹੈ, ਕੰਗਣ ਕਿੱਥੇ ਗਵਾਏ ਜੇ। ਗੁਰਦੇਵ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਮਾਤਾ ਜੀ ਉਹ ਕੰਗਣ ਤੇ ਕਿਤੇ ਪਾਣੀ ਵਿੱਚ ਨਹਾਉਂਦਿਆਂ ਡਿੱਗ ਪਿਆ। ਇਤਿਹਾਸ ਦੱਸਦਾ ਹੈ ਕਿ ਟੋਬੇ ਮੰਗਾਏ ਗਏ ਨੇ, ਜਦੋਂ ਟੋਬੇ ਆਏ ਇਹ ਗੰਗਾ ਦੇ ਕਿਨਾਰੇ ਉੱਤੇ ਪੁੱਜੇ ਆ, ਟੋਬੇ ਪਾਣੀ ਵਿੱਚ ਗਏ, ਇਹਨਾਂ ਪੁੱਛਿਆ, ਕਹਿੰਦੇ ਮਹਾਰਾਜ ਤੁਹਾਡਾ ਕੰਗਣ ਕਿੱਥੇ ਡਿੱਗਾ ਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੂਜੀ ਬਾਂਹ ਵਿੱਚੋਂ ਵੀ ਲਾਹ ਕੇ ਕੰਗਣ ਵਗਾ ਕੇ ਪਾਣੀ ਵਿੱਚ ਮਾਰਿਆ। ਕਹਿੰਦੇ ਜਿੱਥੇ ਆਹ ਕੰਗਣ ਡਿੱਗਾ ਏ ਉੱਥੇ ਪਹਿਲਾ ਕੰਗਣ ਡਿੱਗਾ ਸੀ। ਮਾਤਾ ਜੀ ਨੇ ਆਖਿਆ, ਲਾਲ ਜੀ ਪਹਿਲਾ ਕੰਗਣ ਤਾਂ ਲੱਭ ਨਹੀਂ ਰਿਹਾ, ਪਰ ਤੁਸੀਂ ਦੂਜਾ ਕੰਗਣ ਵੀ ਛੱਡ ਦਿੱਤਾ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ, ਕਹਿੰਦੇ ਇਹਨਾਂ ਟੋਬਿਆਂ ਨੂੰ, ਕਿਉਂਕਿ ਤੁਸੀਂ ਸਿਆਣੇ ਹੋ, ਇੰਨੀ ਵੱਡੀ ਗੰਗਾ ਨਦੀ ਵਿੱਚੋਂ 5 ਸਾਲ ਦੇ ਬੱਚੇ ਦਾ ਕੰਗਣ ਮਿਲਣਾ ਮੁਸ਼ਕਲ ਹੈ। ਭਾਈ ਕਾਨ ਸਿੰਘ ਨਾਭਾ ਲਿਖਦੇ ਆ ਕਿ ਜਦੋਂ ਟੋਬੇ ਪਾਣੀ ਵਿੱਚ ਗਏ ਕੰਗਣ ਤਾਂ ਨਾ ਮਿਲਿਆ, ਇਹਨਾਂ ਦੇ ਹੱਥ ਵਿੱਚ ਇੱਕ ਤਲਵਾਰ ਆਈ ਹੈ, ਉਹ ਤਲਵਾਰ ਇਹਨਾਂ ਨੇ ਬਾਹਰ ਕੱਢੀ, ਜਿਹੜੀ ਸਦੀਆਂ ਤੋਂ ਸੀਤ ਠੰਡੀ ਤਲਵਾਰ ਜਿਹਨੂੰ ਜੰਗ ਲੱਗ ਚੁੱਕਿਆ ਸੀ। ਕਹਿੰਦੇ ਮਹਾਰਾਜ ਕੰਗਣ ਤਾਂ ਨਹੀਂ ਮਿਲਿਆ, ਪਰ ਸਾਡੇ ਹੱਥ ਵਿੱਚ ਇੱਕ ਤਲਵਾਰ ਆਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਲੈ ਆਇਓ ਸਾਨੂੰ ਇਸੇ ਤਲਵਾਰ ਦੀ ਲੋੜ ਆ। ਉਹ ਹੁਣ ਤਲਵਾਰ ਕਿਹਦੀ ਹੈ? ਭਾਈ ਕਾਨ ਸਿੰਘ ਨਾਭਾ ਦਾ ਗ੍ਰੰਥ ਪੜ੍ਹੋ, ਉਹ ਲਿਖਦੇ ਉਹ ਤਲਵਾਰ ਸੀ ਮਹਾਰਾਜੇ ਅਸ਼ੋਕ ਦੀ ਤਲਵਾਰ, ਜਿਹਨੇ ਉਸ ਤਲਵਾਰ ਨਾਲ ਅਨੇਕਾਂ ਜੰਗ ਯੁੱਧ ਜਿੱਤੇ। ਇਹ ਮਹਾਰਾਜਾ ਅਸ਼ੋਕ ਰਾਜਪੂਤ ਅਣਖ ਦੇ ਵਿੱਚ ਪੈਦਾ ਹੋਇਆ। ਹੁਣ ਇਹ ਤਲਵਾਰ ਜਦੋਂ ਪਟਨੇ ਦੀ ਧਰਤੀ ਉੱਤੇ ਬੁੱਧ ਧਰਮ ਦਾ ਬੋਲਬਾਲਾ ਹੋਇਆ, ਇਹਨੇ ਬੁੱਧ ਧਰਮ ਤਿਆਰ ਕਰ ਲਿਆ ਅਤੇ ਉਹ ਤਲਵਾਰ ਇਹਨੇ ਗੰਗਾ ਵਿੱਚ ਛੱਡ ਦਿੱਤੀ ਹੈ। ਮੇਰੇ ਪਾਤਸ਼ਾਹ ਨੇ ਉਹ ਤਲਵਾਰ ਗੰਗਾ ਵਿੱਚੋਂ ਬਾਹਰ ਕਢਵਾਈ ਅਤੇ ਕਿਸੇ ਵਿਰਾਗੀ ਦੀ ਅਣਖ ਨੂੰ ਟੁੰਬਣ ਵਾਸਤੇ ਉਹ ਤਲਵਾਰ ਗੰਗਾ 'ਚੋਂ ਕਢਵਾ ਕੇ, ਜਿਹੜੀ ਸਦੀਆਂ ਤੋਂ ਸੀਤ ਠੰਡੀ ਤਲਵਾਰ ਜਿਹਨੂੰ ਜੰਗ ਲੱਗ ਚੁੱਕਿਆ ਸੀ, ਉਸ ਨੂੰ ਪਾਣ ਦੇਣ ਵਾਸਤੇ, ਅਣਖ ਦੀ ਪਾਣ ਦੇਣ ਵਾਸਤੇ ਅੱਜ ਉਹ ਤਲਵਾਰ ਨੈਣਾ ਦੇਵੀ ਦੇ ਟਿੱਲੇ ਉੱਤੇ, ਜਿਹੜਾ ਹਵਨ ਕੁੰਡ ਇਹਨਾਂ ਪੰਡਤਾਂ ਨੇ ਬਣਾਇਆ, ਉਹਦੇ ਵਿੱਚ ਮੇਰੇ ਪਾਤਸ਼ਾਹ ਨੇ ਉਹ ਤਲਵਾਰ ਰੱਖੀ ਹੈ। ਰੱਖ ਕੇ ਤਲਵਾਰ ਜਿਹੜੀ 125,000 ਦੀ ਮੰਗਾਈ ਸਾਰੀ ਸਮੱਗਰੀ ਗੁਰਦੇਵ ਨੇ ਸਿੱਖਾਂ ਦੇ ਕੋਲੋਂ ਹਵਨ ਕੁੰਡ ਦੇ ਵਿੱਚ ਸਟਵਾਈ ਹੈ। ਜਦੋਂ ਇਹਦੀਆਂ ਲਾਟਾਂ ਅੱਗ ਦੀਆਂ ਆਕਾਸ਼ ਨੂੰ ਛੋਈਆਂ, ਚਾਨਣ ਹੋ ਗਿਆ ਅਤੇ ਪੰਡਿਤ ਵਿਚਾਰੇ ਡਰ ਕੇ ਲੁਕ ਗਏ ਵੀ ਪਤਾ ਨਹੀਂ ਗੁਰੂ ਨੇ ਸਾਡੇ ਵਿੱਚੋਂ ਕਿਹਨੂੰ ਆਵਾਜ਼ ਮਾਰ ਲੈਣੀ ਹੈ ਵੀ ਆ ਆਣ ਕੇ ਆਪਣੀ ਬਲੀ ਦੇ।
पर इधर कलगी वाले पातशाह महाराज जी ने जदों हवन कुंड विच रखी है तलवार, अग नाल लाल सुई हो गई। सतगुरु सच्चे पातशाह महाराज जी ने वो तलवार हवन कुंड दे विचों खिंची है, हवा विच लहराई, आवाज़ मारी, आख्या आ जाओ पण तो बहर, चंडी प्रगट हो गई है। इत्थे पंडित विचारे चंडी माता लभदे फिरदे सन, पर गुरदेव गुरु कलगी वाले पातशाह महाराज जी ने इत्थे चंडी शब्द जिहड़ा आ ओ तलवार नूं वरतिया। उस तलवार की आराधना करन वास्ते सानू कहा गया ते ओ चंडी प्रगट करके मेरे गुरदेव ने अपने सिखां नूं पहनाई और अपनी हिफाजत करन दा सानू ये माण बख्शिश किया। धन गुरु कलगी वाले पातशाह महाराज नैणा देवी दे टले उत्ते चंडी प्रगट किवें करदे आ, उस वेले दे सीन नूं पेश जसमीत कौर, अनमोल प्रीत कौर, बलविंदर कौर खालसा दा कविशर जथा इउं पेश कर रहा जी। ओ डर के पंडित जदों नस गए, सतगुरु जी फरमाण लगे, जक समगरी अगन कुंड विच सिखा तो सटवाण लगे। ओ कालीदास ते केसो पंडित डर के लगे गे डंडी ए, तेग उठा के कैन शैन शाह ए हो दुर्गा चंडी ए। डर के पंडित जदों नस गए, सतगुरु जी फरमाण लगे, जक समगरी अगन कुंड विच सिखा तो सटवाण लगे। ओ कालीदास ते केसो पंडित डर के लग गए डंडी ए, तेग उठा के कैन शैन शाह ए हो दुर्गा चंडी ए। अगन कुंड विच लट लट कर दी छूरी अग असमाना नूं, भजन दे रही राह नी लभदा मूर्ख बेईमाना नूं। ओ लालच दे विच आके अपनी आप करा लई पंडी ए, तेग उठा के कैन शैन शाह ए हो दुर्गा चंडी ए। झूठ दी उपरों परदा उठ गया हो, झूठ दी उपरों परदा उठ गया, प्रगट सच ने होना है, जो मंगिया हक मिलिया नहीं हो जाबर इथों खोना है। ओ जो कर दे रे जुलमे उन्ना दी इसने वडनी कंडी ए, तेग उठा के कैन शैन शाह ए हो दुर्गा चंडी ए। बदली वांगू तेग लिशक दी हाथ विच गुराए उठाई ए, हो दुर्गा ए हो पवानी देन आजादी आई ए। ओ सारी शक्ति एक हो जानी जगा जगा ते वंडी ए, सारी शक्ति एक हो जानी जगा जगा ते वंडी ए, तेग उठा के कैन शैन शाह ए हो दुर्गा चंडी ए। धर्मी बंदे लुक के बैठे राज्य धर्मी कर देने, माता नू कूर डरावन गे डो जाल में इथों डर देने। ओ खत्म करेगी तेग असां दी पाप वध गया पंडी ए, तेग उठा के कैन शैन शाह ए हो दुर्गा चंडी ए। ओ देश मेरे दी विगड़ी होई नवी लिखू तकदीर सिखो, देश मेरे दी विगड़ी होई नवी लिखू तकदीर सिखो, हुण जुलम दा नास करेगी साडी ए शमशीर सिखो। ओ अग्नि दे विच प्योंद हो जानी मुश्किल होनी ठंडी ए, तेग उठा के कैन शैन शाह ए हो दुर्गा चंडी ए। राही वेख चोजी दा जस तां संगत सब हैरान होई, दो नंबर दे बंदियां दी सी हां हो, दो नंबर दे बंदियां दी सी मुश्किल बचनी जान होई। लोन गुरमत तारण कर ला मन मत दिल चो खंडी ए, तेग उठा के कैन शैन शाह ए हो दुर्गा चंडी ए, तेग उठा के कैन शैन शाह ए हो दुर्गा चंडी ए। ए चंडी प्रगट करके मेरे गुरदेव सच्चे पातशाह महाराज जी ने साडी झोली विच पाई और सानू हदायत कीती कि गौर मड़ी मट भूल ना माने, मड़िया ते बुत्तां दी पूजा करनों सानू वर्जित कीता, वहम भरम पखंड नहीं करने। सतगुर सच्चे पातशाह महाराज जी ने
ਆਪਣੇ ਸਿੱਖ ਨੂੰ ਉੱਚਾ ਤੇ ਸੁੱਚਾ ਜੀਵਨ ਬਖਸ਼ਿਸ਼ ਕੀਤਾ, ਇੱਕ ਆਜ਼ਾਦ ਸਿੱਖ ਬਣਾ ਦਿੱਤਾ, ਉਹ ਵੱਖਰੀ ਗੱਲ ਹੈ ਕਿ ਅੱਜ ਸਿੱਖ ਆਪਣਿਆਂ ਦਾ ਗੁਲਾਮ ਹੋ ਕੇ ਬਹਿ ਗਿਆ। ਬਾਪੂ ਕਰਨੈਲ ਸਿੰਘ ਜੀ ਪਾਰਸ ਲਿਖਦੇ ਨੇ, ਉਮਰ ਬੱਕਰੇ ਦੀ ਪਲਾ ਰਹੀ ਕਿੰਨੀ, ਜਿਹੜਾ ਵੱਸਦਾ ਘੋਰ ਨੇ ਭੇੜੀਆਂ ਦੇ, ਮੁਰਗ ਮੌਤ ਤਾਂ ਮੁਕਤੇ ਜਾਊ ਕੀਕਣ, ਜਿਹੜਾ ਰਾਗ ਸੁਣਦਾ ਟੰਡੇ ਹੇੜੀਆਂ ਦੇ, ਉਹਨਾਂ ਕੋਲ ਨਹੀਂ ਪਾਰਸਾ ਰਾਜ ਰਹਿੰਦਾ। ਕਰ ਫੁੱਟ ਪੈ ਜੇ ਕੌਮਾਂ ਜਿਹੜੀਆਂ ਦੇ, ਜਿਹੜੀਆਂ ਕੌਮਾਂ ਦੇ ਵਿੱਚ ਆਪਸੀ ਫੁੱਟ ਪੈ ਜੇ, ਉਹ ਕੌਮਾਂ ਕਦੇ ਗੁਰਮਤਾਂ ਨਹੀਂ ਕਰ ਸਕਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸ਼ਸਤਰ ਅੰਮ੍ਰਿਤ ਅਤੇ ਬਾਣੀ ਅਤੇ ਬਾਣੇ ਨਾਲ ਜੋੜਿਆ। ਮੇਰੇ ਉਹ ਵੀਰੋ, ਅੱਜ ਆਪਣੀ ਸਰਦਾਰੀ ਨੂੰ ਕਾਇਮ ਕਰੋ। ਅੱਜ ਹਰ ਵੀਰ ਹਰ ਭੈਣ ਅੰਮ੍ਰਿਤ ਧਾਰੀ ਅਤੇ ਬਾਣੀ ਬਾਣੇ ਦਾ ਧਾਰਨੀ ਹੋਵੇ, ਸ਼ਸਤਰ ਧਾਰੀ ਹੋਵੇ, ਕਿਉਂਕਿ ਭੈਣੋ ਅੱਜ ਲੋੜ ਆ ਸ਼ਸਤਰ ਧਾਰੀ ਹੋਣ ਦੀ। ਇਸ ਲਈ ਅੱਜ ਮੇਰੀ ਧੀ ਮੇਰੀ ਭੈਣ ਦੀ ਇੱਜ਼ਤ ਕਿਤੇ ਸੁਰੱਖਿਅਤ ਨਹੀਂ, ਪਰ ਜੇਕਰ ਮੇਰੀਆਂ ਭੈਣਾਂ ਦੇ ਢਾਕਾਂ 'ਤੇ ਸੱਤ ਸੱਤ ਨੌ ਨੌ ਇੰਚ ਦੀਆਂ ਕਿਰਪਾਨਾਂ, ਸਿਰਾਂ 'ਤੇ ਹੋਏ ਗੋਲ ਦਮਾਲੇ, ਇੱਕ ਗੱਲ ਦਾਅਵੇ ਨਾਲ ਕਹਿ ਦਿੰਦੀ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਕਿ ਤੁਹਾਡੀ ਵਾਹ ਵੱਲ ਕੋਈ ਵੇਖ ਨਹੀਂ ਸਕਦਾ। ਕਿੰਨੇ ਗੁਰੂ ਕੇ ਲਾਲਾਂ ਨੇ, ਮੇਰੀਆਂ ਉਹਨਾਂ ਸ਼ਹੀਦ ਮਾਵਾਂ ਨੇ ਆਪਣਾ ਪਿੱਤਰ ਖੂਨ ਡੋਲ ਕੇ ਸਾਡੀ ਝੋਲੀ ਵਿੱਚ ਸਰਦਾਰੀ ਪਾਈ ਆ। ਇੱਕ ਕਵਿਤਾ ਪੇਸ਼ ਕਰਨ ਲੱਗੇ ਹਾਂ, ਮੇਰੇ ਉਸਤਾਦ ਸ਼ਾਇਰ ਗਿਆਨੀ ਗੱਜਣ ਸਿੰਘ ਜੀ ਗੜਗੱਜ ਦੀ ਕਲਮ ਦਾ ਅੰਕਿਤ ਕੀਤਾ ਹੋਇਆ ਛੰਦ ਆ, ਜਿਹਦੀ ਤਰਜਿਆ ਪਚੰਗ ਚਾਲ ਛੰਦ। ਜਿਵੇਂ ਸੱਪ ਦੀ ਚਾਲ ਆ, ਊੜੇ ਤੋਂ ਕਵਿਤਾ ਸ਼ੁਰੂ ਹੋਵੇਗੀ, ਗੱਗੇ 'ਤੇ ਜਾ ਕੇ ਕਵਿਤਾ ਖਤਮ ਹੋਵੇਗੀ। ਇੱਕ ਇੱਕ ਲਾਈਨ ਇੱਕ ਇੱਕ ਪਹਿਰੇ ਨਾਲ ਤੁਹਾਨੂੰ ਇੱਕ ਇੱਕ ਪ੍ਰਸੰਗ ਜੁੜਿਆ ਮਿਲੇਗਾ, ਕੋਈ 20 ਕੁ ਘੰਟਿਆਂ ਦਾ ਇਤਿਹਾਸ ਇਸ ਕਵਿਤਾ ਵਿੱਚ ਅੰਕਿਤ ਕੀਤਾ ਹੈ। ਕਵਿਤਾ ਆਪਣਾ ਲੈਕਚਰ ਖੁਦ ਕਰੇਗੀ, ਆਓ ਤਵੱਜੋ ਦੇ ਕੇ ਸਰਵਣ ਕਰੋ। ਇਉਂ ਪੇਸ਼ ਕੀਤਾ ਜਾ ਰਿਹਾ ਜੀ। ਓਏ ਉੱਠੇ ਇੱਕ ਓਂਕਾਰ ਦਿਹਾਮੀ, ਗੁਰੂ ਨਾਨਕ ਅੰਤੁਰ ਜਾਮੀ, ਉਹਦਾ ਪੰਜਵੀਂ ਜੋਤ ਬਰਾਜੀ, ਜਿੰਨਾ ਸਿੱਖੀ ਦਿਲੀ ਨਵਾਜੀ। ਉਹ ਤਨ ਧਰਮ ਦੀ ਪੇਟ ਚੜਾ ਕੇ, ਹਸਲੋ ਤੇ ਚੌਂਕੜਾ ਲਾਇਆ, ਖਾਤਰ ਸੱਚ ਦੀ ਜ਼ੁਲਮਾਂ ਨਾਲ ਮੱਥਾ ਲਾ ਕੇ, ਨਹੀਂ ਪੈਰ ਪਿਛੇ ਪਰਤਾਇਆ, ਖਾਤਰ ਸੱਚ ਦੀ। ਓਏ ਉੱਠੇ ਇੱਕ ਓਂਕਾਰ ਦਿਹਾਮੀ, ਗੁਰੂ ਨਾਨਕ ਅੰਤੁਰ ਜਾਮੀ, ਉਹਦਾ ਪੰਜਵੀਂ ਜੋਤ ਬਰਾਜੀ, ਜਿੰਨਾ ਸਿੱਖੀ ਦਿਲੀ ਨਵਾਜੀ। ਉਹ ਤਨ ਧਰਮ ਦੀ ਪੇਟ ਚੜਾ ਕੇ, ਹਸਲੋ ਤੇ ਚੌਂਕੜਾ ਲਾਇਆ, ਖਾਤਰ ਸੱਚ ਦੀ ਜ਼ੁਲਮਾਂ ਨਾਲ ਮੱਥਾ ਲਾ ਕੇ, ਨਹੀਂ ਪੈਰ ਪਿਛੇ ਪਰਤਾਇਆ, ਖਾਤਰ ਸੱਚ ਦੀ। ਉਹ ਗੱਲ ਹਰ ਗੋਬਿੰਦ ਸੁਣੀ ਐਨੀ, ਬਈ ਗੱਲ ਹਰ ਗੋਬਿੰਦ ਸੁਣੀ ਐਨੀ, ਜੱਟ ਮੀਰੀ ਪੀਰੀ ਪੈਨੀ, ਫਿਰ ਜਹਾਂਗੀਰ ਨਾਲ ਅੜਕੇ, ਸਤਿਗੁਰੂ ਦੇ ਦੁਖੀ ਫੜਕੇ। ਉਹ ਚੰਦੂ ਨੂੰ ਨੱਥ ਪਵਾ ਕੇ, ਚੰਦੂ ਨੂੰ ਨੱਥ ਪਵਾ ਕੇ, ਫਲ ਕੀਤੀ ਦਾ ਭਗਤਾਇਆ, ਖਾਤਰ ਸੱਚ ਦੀ ਜ਼ੁਲਮਾਂ ਨਾਲ ਮੱਥਾ ਲਾ ਕੇ, ਨਹੀਂ ਪੈਰ ਪਿਛੇ ਪਰਤਾਇਆ, ਖਾਤਰ ਸੱਚ ਦੀ। ਉਹ ਫਿਰ ਸਤਿਗੁਰੂ ਤੇਗ ਬਹਾਦਰ, ਇਉਂ ਬਣੇ ਧਰਮ ਦੀ ਚਾਦਰ, ਜਦ ਪੰਡਿਤ ਅਨੰਦਪੁਰ ਆਏ, ਰੋ ਰੋ ਕੇ ਦੁੱਖ ਸੁਣਾਏ। ਉਹ ਉਹਨਾਂ ਦੀ ਖਾਤਰ ਜਾ ਕੇ, ਦਿੱਲੀ ਵਿੱਚ ਸੀਸ ਕਟਾਇਆ, ਖਾਤਰ ਸੱਚ ਦੀ ਜ਼ੁਲਮਾਂ ਨਾਲ ਮੱਥਾ ਲਾ ਕੇ, ਨਹੀਂ ਪੈਰ ਪਿਛੇ ਪਰਤਾਇਆ, ਖਾਤਰ ਸੱਚ ਦੀ। ਉਹ ਸਾਜੇ ਕਲਗੀਧਰ ਨੇ ਪਿਆਰੇ, ਅਤੇ ਜੀਤ ਜਜਾਰ ਦੁਲਾਰੇ, ਸਿੰਘ ਉਸਦਾ ਸ਼ੇਰ ਬਚਿੱਤਰ, ਉਹਦੇ ਹੋਰ ਸੂਰਮੇ ਮਿੱਤਰ। ਉਹ ਤੁਰੇ ਗੁਰਾਂ ਨੂੰ ਸੀਸ ਝੁਕਾ ਕੇ, ਜਿਹਨੇ ਆਪਾ ਜੰਗ ਵਿੱਚ ਲਾਇਆ, ਖਾਤਰ ਸੱਚ ਦੀ ਜ਼ੁਲਮਾਂ ਨਾਲ ਮੱਥਾ ਲਾ ਕੇ, ਨਹੀਂ ਪੈਰ ਪਿਛੇ ਪਰਤਾਇਆ, ਖਾਤਰ ਸੱਚ ਦੀ। ਉਹ ਛੱਡ ਕਿਲਾ ਅਨੰਦਪੁਰ ਤੁਰੂ ਦੇ, ਜੰਗ ਚੋਰੀ ਅਨੇਕਾਂ ਗੁਰ ਦੇ, ਤਾਰੇ ਮਾਂ ਸਿੰਘ ਮਾਈ ਭਾਗੋ, ਜਾਂ ਵਿੱਚ ਤਲਵੰਡੀ ਸਭ। ਉਹ ਡੱਲੇ ਦਾ ਮਾਣ ਗਵਾ ਕੇ, ਸਤਿਗੁਰਾਂ ਨਿਸ਼ਾਨਾ ਲਾਇਆ, ਖਾਤਰ ਸੱਚ ਦੀ ਜ਼ੁਲਮਾਂ ਨਾਲ ਮੱਥਾ ਲਾ ਕੇ, ਨਹੀਂ ਪੈਰ ਪਿਛੇ ਪਰਤਾਇਆ, ਖਾਤਰ ਸੱਚ ਦੀ। ਉਹ ਬਣ ਬੰਦਾ ਸਿੰਘ ਬਹਾਦਰ, ਰੱਖ ਦਿਲੀ ਕੌਮ ਦਾ ਆਦਰ, ਚੁਣ ਚੁਣ ਕੇ ਵਜੀ ਦੇ ਫੰਡੇ, ਸਿੱਖ ਰਾਜ ਦੇ ਗੜ ਤੇ ਝੰਡੇ। ਉਹ ਮਾਧੋ ਦੋ ਸਿੰਘ ਸਜਾ ਕੇ, ਸੀ ਵੱਲ ਪੰਜਾਬ ਕਲਾਇਆ, ਖਾਤਰ ਸੱਚ ਦੀ ਜ਼ੁਲਮਾਂ ਨਾਲ ਮੱਥਾ ਲਾ ਕੇ, ਨਹੀਂ ਪੈਰ ਪਿਛੇ ਪਰਤਾਇਆ, ਖਾਤਰ ਸੱਚ ਦੀ। ਉਹ ਫਿਰ ਮਹਾਰਾਜੇ ਰਣਜੀਤ, ਪਾਈ ਮਿਸਲਾਂ ਨਾਲ ਪ੍ਰੀਤ, ਜੋ ਵੱਖ ਵੱਖ ਦੀ ਸਰਦਾਰੀ, ਇੱਕ ਜਗ੍ਹਾ ਲਿਆ ਕੇ ਸਾਰੀ। ਉਹ ਕਈਆਂ ਨਾਲ ਜ਼ੋਰ ਜਮਾ ਕੇ, ਸਿੱਖ ਰਾਜ ਦਾ ਮਹਿਲ ਬਣਾਇਆ, ਖਾਤਰ ਸੱਚ ਦੀ ਜ਼ੁਲਮਾਂ ਨਾਲ ਮੱਥਾ ਲਾ ਕੇ,
ਹਰੀ ਸਿੰਘ ਨਿਸ਼ਾਨ ਨਰਾਲੀ ਜਰਨੈਲ ਮਹਾ ਸਿੰਘ ਸੂਰਾ ਸ਼ਾਮ ਸਿੰਘ ਸਿੱਖੀ ਵਿੱਚ ਪੂਰਾ ਉਹ ਜਿੰਨਾ ਸੁੱਤੀ ਅਣਖ ਜਗਾ ਕੇ ਰਾਣੇ ਅੰਦਰ ਜ਼ੋਰ ਵਿਖਾਇਆ ਖਾਤਰ ਸੱਚ ਦੀ ਜ਼ੁਲਮਾਂ ਨਾਲ ਮੱਥਾ ਲਾ ਕੇ ਨਹੀਂ ਪੈਰ ਪਿਛੇ ਪਰਤਾਇਆ ਖਾਤਰ ਸੱਚ ਦੀ ਸੰਤ ਬਾਬਾ ਵੀਰ ਸਿੰਘ ਵਰਗੇ ਨੌ ਜਗ ਤੇ ਰੋਸ਼ਨ ਕਰ ਗਏ ਗੜਗਜ ਗੁਰਾਂ ਦੇ ਚਰਨੀ ਬਈ ਗੜਗਜ ਗੁਰਾਂ ਦੇ ਚਰਨੀ ਕਰ ਰਹੇ ਧਰਮ ਹਿਤ ਕਰਨੀ ਉਹ ਅਨਮੋਲ ਜਸ ਨੇ ਆ ਕੇ ਹੈ ਸੰਗਤਾਂ ਦੇ ਵਿੱਚ ਗਾਇਆ ਖਾਤਰ ਸੱਚ ਦੀ ਜ਼ੁਲਮਾਂ ਨਾਲ ਮੱਥਾ ਲਾ ਕੇ ਨਹੀਂ ਪੈਰ ਪਿਛੇ ਪਰਤਾਇਆ ਖਾਤਰ ਸੱਚ ਦੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਇਹ ਸੀ ਤੁਹਾਡਾ ਆਪਣਾ ਸੇਵਕ ਜਥਾ ਦਾਸ ਬਲਵਿੰਦਰ ਕੌਰ ਖਾਲਸਾ ਵਿਛੋਏ ਵਾਲੇ ਨਜ਼ਦੀਕ ਫਤਿਹਗੜ੍ਹ ਚੂੜੀਆਂ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ 9847482 ਕੰਟੈਕਟ ਕਰ ਸਕਦੇ ਹੋ। ਸਾਥ ਦੇ ਰਹੇ ਸੀ ਜਸਮੀਤ ਕੌਰ ਜੀ ਗਿੱਲ ਅਨਮੋਲਪ੍ਰੀਤ ਕੌਰ ਜੀ ਰੰਧਾਵਾ। ਆਓ ਫਤਿਹ ਸਾਂਝੀ ਕਰੀਏ, ਗੱਜ ਵੱਜ ਕੇ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।